ਬੰਧਨ ਅਨਕਬਾਰ ਸਰਬ ਕਲਾ ਸਮਰੱਥ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਸਰਬ ਕਲਾ ਸਮਰੱਥ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਨਾਨਕ ਦੇ ਕਰ ਹੱਥ ਤੇਰੇ ਗੁਣ ਬਹੁਤੇ ਮੈਂ ਇੱਕ ਨਾ ਜਾਣਿਆ ਮੈਂ ਸਿੱਖ ਜੇ ਤੁਹਾਡਾ ਨਾਮ ਤਰੀਕ ਮੈਂ ਤੁਹਾਡਾ ਸਿੱਖ ਹਾਂ ਤੇਰੇ ਗੁਣ ਬਹੁਤੇ ਮੈਂ ਇੱਕ ਨਾ ਜਾਣਿਆ ਮੈਂ ਮੂਰਖ ਕਿਸ਼ ਦੀਜੈ ਮੈਂ ਮੂਰਖ ਕਿਸ਼ ਦੀਜੈ ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ ਡੁੱਬਦਾ ਪੱਥਰ ਲੀਜੈ ਡੁੱਬਦਾ ਪੱਥਰ ਲੀਜੈ ਅਗੰਮ ਅਗੋਚਰ ਸੱਚ ਸਾਹਿਬ ਮੇਰਾ ਨਾਨਕ ਬੋਲੇ ਬੁਲਾਇਆ ਤੇਰਾ ਧੰਨ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਨਾਨਕ ਬੋਲੇ ਬੁਲਾਇਆ ਤੇਰਾ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਰ ਕਿਰਪਾ ਮੋਹਿ ਮਾਰਗ ਪਾਵੋ, ਕਰ ਕਿਰਪਾ ਮੋਹਿ ਮਾਰਗ ਪਾਵੋ, ਕਰ ਹੱਥ ਜੋੜੋ ਕਰ ਕਿਰਪਾ ਮੋਹਿ ਮਾਰਗ ਪਾਵੋ, ਕਰ ਕਿਰਪਾ ਮੋਹਿ ਮਾਰਗ ਪਾਵੋ, ਕਰ ਤਰਲਾ ਪਾਉਣਾ ਹੈ ਦਾਸ ਆਪਣੇ ਕੋ ਭਗਤੀ ਲਾਵੋ, ਦਾਸ ਆਪਣੇ ਕੋ ਭਗਤੀ ਲਾਵੋ, ਦਾਸ ਆਪਣਾ ਨਾਮ ਜਪਾਵੋ, ਆਪਣਾ ਨਾਮ ਜਪਾਵੋ, ਆਪਣਾ ਕਿਸ ਸਿਚੁਏਸ਼ਨ 'ਚ ਬੰਦਾ ਕਹਿੰਦਾ ਵੀ ਪਲੀਜ਼ ਕਿਰਪਾ ਕਰਕੇ ਮੈਨੂੰ ਰਾਏ ਪਾਓ। ਮੈਂ ਕਹਿੰਦਾ ਉਹ ਵੀ ਧੰਨ ਨੇ ਲੋਕ ਆਖੋ ਵਾਹਿਗੁਰੂ ਜਿਹੜੇ ਕਿਸੇ ਨੂੰ ਰਾਹ ਪੁੱਛਦੇ ਨਹੀਂ ਦੇਣਾ। ਪੁੱਛੋ ਸਿਆਣਿਆ ਜਾਏ, ਪੁੱਛੋ ਪਤਾ ਲੱਗ ਗਿਆ ਵੀ ਇਹ ਰੂਹਾਂ ਅੰਮ੍ਰਿਤ ਵੇਲੇ ਉੱਠਦੀਆਂ, ਇਸ਼ਨਾਨ ਕਰਦੀਆਂ, ਇਹਨਾਂ ਦੀ ਜ਼ਿੰਦਗੀ 'ਚ ਕੋਈ ਡਾਇਰੈਕਸ਼ਨ ਮਿਲ ਗਈ ਆ। ਧੰਨ ਨੇ ਲੋਕ ਜਿਹੜੇ ਪੁੱਛਦੇ ਆਖੋ ਵਾਹਿਗੁਰੂ। ਇੱਕ ਇਹੋ ਸ਼ਬਦ ਇਸ ਤਰ੍ਹਾਂ ਦੇ ਵੱਲ ਇਸ਼ਾਰਾ ਕਰਦੇ ਆ ਵੀ ਜਦੋਂ ਜੀਵ ਇਹ ਮਹਿਸੂਸ ਕਰਦਾ ਵੀ ਮੈਂ ਤੁਰਿਆ ਤਾਂ ਬਹੁਤ ਚਿਰ ਦਾ, ਪਤਾ ਲੱਗ ਰਿਹਾ ਜੀ ਆਵਾਜ਼ ਆ ਰਹੀ, ਮੈਂ ਤੁਰਿਆ ਤਾਂ ਮੰਜ਼ਿਲ ਨਹੀਂ ਮਿਲੀ। ਫਿਰ ਮਨ ਵਿੱਚ ਸਵਾਲ ਉੱਠਦਾ ਕਿਤੇ ਰਾਹ ਤਾਂ ਨਹੀਂ ਭੁੱਲਿਆ, ਤੁਰਿਆ ਵੀ ਇੰਨੇ ਸਾਲਾਂ ਤੋਂ ਹੈ, ਮੰਜ਼ਿਲ ਮੰਜ਼ਿਲ ਮਿਲੀ ਨਹੀਂ। ਧੰਨ ਨੇ ਉਸ ਮੂਮੈਂਟ ਵਿੱਚ ਜਿਹੜੇ ਲੋਕ ਕਹਿੰਦੇ ਭਾਅ ਜੀ ਮੈਨੂੰ ਰਾਹ ਪਾਓ, ਮੈਂ ਰਾਹ ਭੁੱਲਿਆ। ਇਹਦੇ 'ਚ ਸ਼ਰਮ ਨਹੀਂ ਮਹਿਸੂਸ ਕਰਨੀ ਚਾਹੀਦੀ। ਆਖੋ ਵਾਹਿਗੁਰੂ। ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਹਦੀ ਸਵਾਸਾਂ ਦੀ ਲੜੀ ਕਦੋਂ ਟੁੱਟ ਜਾਣੀ। ਬੱਚੇ ਦੀ ਵੀ ਟੁੱਟ ਸਕਦੀ, ਜਵਾਨ ਦੀ ਵੀ ਟੁੱਟ ਸਕਦੀ, ਬਜ਼ੁਰਗ ਦੀ ਵੀ ਟੁੱਟ ਸਕਦੀ। ਸਮਝ ਰਹੇ ਹੋ ਪੁੱਤ? ਜਿੱਥੇ ਜਾਣਾ ਸੀ ਉਹ ਜਗ੍ਹਾ ਅਜੇ ਮਿਲੀ ਨਹੀਂ। ਜਿਹੜੀ ਤੁਹਾਡੀ ਗੱਡੀ 'ਚ ਤੇਲ ਆ ਨਾ, ਇਹਦਾ ਇੱਕ ਮੀਟਰ ਲੱਗਾ ਹੈ ਜਿਹੜਾ ਦੱਸਦਾ ਵੀ ਤੇਰੀ ਗੱਡੀ ਦਾ ਤੇਲ ਕਿੰਨਾ ਰਹਿ ਗਿਆ ਅਤੇ ਮੁੱਕਣ ਵਾਲਾ ਹੈ। ਹੁਸੈਨ ਆਉਂਦੇ ਨੇ। ਇਸ ਗੱਡੀ ਦਾ ਕੋਈ ਮੀਟਰ ਨਹੀਂ ਜਿਹੜਾ ਤੁਹਾਨੂੰ ਦੱਸੇ ਵੀ ਤੇਰੇ ਸਵਾਸ ਥੋੜ੍ਹੇ ਜਿਹੇ ਰਹਿ ਗਏ। ਕਮਾਲ ਦੀ ਗੱਲ ਉਸ ਗੱਡੀ 'ਚ ਦੇ ਇਹਦੇ 'ਚ ਇੱਕ ਇਹ ਵੀ ਫਰਕ ਹੈ, ਉਹਦੇ 'ਚ ਤੇਲ ਭਰਿਆ ਜਾ ਸਕਦਾ ਹੈ, ਇਹਦੇ 'ਚ ਦੁਬਾਰਾ ਸਵਾਸਾਂ ਦਾ ਤੇਲ ਭਰਿਆ ਨਹੀਂ ਜਾਣਾ। ਜੋ ਕਿਛ ਪਾਇਆ ਟਿਕਿਆ ਕਰੋ, ਜੋ ਕਿਛ ਪਾਇਆ ਸੋ ਇੱਕ ਵਾਰ ਭਰਤਾ ਉਹਨੇ।
ਨਣਕਾਲੇ ਨਣਕਾਲੇ ਸਭ ਦਿਵ ਸਸਾਸ ਉਹਨੇ ਗਿਣ ਕੇ ਭੇਜੇ ਨੇ ਦਿਨ ਵੀ ਅਤੇ ਸਵਾਸ ਵੀ। ਇਤਨਾ ਲਿਖਿਆ ਨੈ ਵਢਣ ਘਟਣ ਤਿਲ ਸਵਾਰ, ਜਰਾ ਬੋਲੋ ਨੈ ਜੇ ਕਿਸੇ ਨੂੰ ਉਹਦਾ ਅਰਥ ਨਾ ਆਵੇ ਤਾਂ ਹੱਥ ਖੜਾ ਕਰ ਲਿਆ ਕਰੋ, ਮੇਰੇ ਵੱਡੇ ਭਾਗ ਹੋਣਗੇ ਕੋਈ ਮੈਨੂੰ ਪੁੱਛੇ ਤਾਂ। ਸੱਚਮੁੱਚ ਹੀ ਹੁਣ ਝੋਰਾ ਮੈਨੂੰ ਇਸ ਗੱਲ ਦਾ ਖਾਂਦਾ ਹੈ, ਮਸਕੀਨ ਸਭ ਕਿੰਨਾ ਬੋਲ ਗਏ, ਗਿਆਨੀ ਮਾਨ ਸੋਹਣੀ ਕਿੰਨਾ ਬੋਲ ਗਏ। ਅੱਜ ਦਾ ਜੇ ਰਿਜ਼ਲਟ ਕੱਢੋ ਕੌਮ ਦਾ ਤਾਂ ਹਾਲੀ ਇੱਕ ਕਦਮ ਵੀ ਨਹੀਂ ਅੱਗੇ ਤੁਰੇ। ਹਾਂ ਤੁਰੀਆਂ ਹੋਣਗੀਆਂ ਗੁਰੂਆਂ ਜਿਨ੍ਹਾਂ ਦੇ ਭਾਗ ਧੁਰ ਤੋਂ ਹੀ ਚੰਗੇ ਨੇ, ਜਿਨ੍ਹਾਂ ਨੂੰ ਕਿਸੇ ਮਾਸਟਰ ਦੀ ਜ਼ਰੂਰਤ ਹੀ ਨਹੀਂ। ਬਹੁਤਾਤ ਉਹਨਾਂ ਲੋਕਾਂ ਦੀ ਹੈ ਵੀ ਜਿਹੜਾ ਆਪਾਂ ਅਰਦਾਸ ਕਰਨ ਵਾਲੇ ਪੜ੍ਹਦੇ ਹਾਂ ਨਾ, ਤੂੰ ਠਾਕੁਰ ਤੁਮ ਪੈ ਅਰਦਾਸ, ਉਹਦੇ ਵਿੱਚ ਬਹੁਤੇ ਅਸੀਂ ਕਹਿੰਦੇ ਤੁਮ ਠਾਕੁਰ ਤੁਮ ਪੈ ਅਰਦਾਸ। ਇੰਨੀ ਕੁ ਸਾਡੀ ਹਾਲੀ ਇਸ ਕੌਮ ਦੀ ਕਮਾਈ ਹੋਈ ਹੈ। ਤੁਮ ਤੇ ਹੋਏ ਸੋ ਆਗਿਆਕਾਰੀ ਨੂੰ ਕਹਿੰਦੇ ਤੁਮਸੇ ਹੋਏ ਸੋ ਆਗਿਆਕਾਰੀ। ਪਕੜ ਰਿਹਾ ਉਹ ਮੈਂ ਕੀ ਰੋਣਾ ਰੋ ਰਿਹਾ ਵੀ ਇਹ ਨਿੱਕੀਆਂ ਗੱਲਾਂ ਜਿਹੜੀਆਂ ਨਿੱਕੇ ਜਿਹੇ ਹੁੰਦੇ ਤੋਂ ਗੁਰੂ ਘਰ ਆਣ ਕੇ ਸੁਣਦੇ ਰਹੇ ਹਾਂ, ਇਹ ਵੀ ਸਾਡੀ ਚੇਤਨਤਾ 'ਚ ਨਹੀਂ ਆਈਆਂ। ਪਤਾ ਲੱਗਿਆ ਨਾ ਜਿਹੜੇ ਮੂਲ ਗੱਲਾਂ ਸੀ ਜਿਹੜੀਆਂ ਅਸੀਂ ਨਿੱਕੇ ਨਿੱਕੇ ਆਉਂਦੇ ਗੁਰਦੁਆਰੇ ਸੁਣਦੇ ਸਾਂ, ਅਤੇ ਇਹ ਤਾਂ ਸਵਈ ਪੜ੍ਹਦੇ ਹੀ ਨੇ ਪੌੜੀ ਸਾਰੇ, ਤੂੰ ਠਾਕਰ ਤੁਮ ਪੈਰ ਦਾਸ ਜੀਓ ਪਿੰਡ ਸਭ ਤੇਰੀ, ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਕੋਈ ਨਾ ਜਾਣੇ ਤੁਮਰਾ ਅੰਤ। ਹੁਣ ਉੱਚੇ ਤੇ ਆ ਅਤੇ ਉੱਥੇ ਤੁਸੀਂ ਜਦੋਂ ਅਰਦਾਸ ਹੋ ਗਈ, ਬਹੁਤਾਤ ਸੰਗਤ ਨੂੰ ਕੰਨ ਲਾ ਕੇ ਸੁਣਿਓ, ਕਹਿਣਗੇ ਉੱਚੇ ਸੇ ਉੱਚਾ ਭਗਵੰਤ। ਫਿਰ ਬ੍ਰਹਮ ਦੀ ਵਿੱਦਿਆ ਤਾਂ ਅਜੇ ਦੂਰ ਦੀ ਗੱਲ ਰਹਿ ਗਈ। ਪਤਾ ਲੱਗਾ ਜੀ ਜਿਹੜੀ ਬ੍ਰਹਮ ਵਿੱਦਿਆ ਹੈ ਨਾ, ਬ੍ਰਹਮ ਵਿੱਦਿਆ ਜਿਹੜੀ ਬ੍ਰਹਮ ਤੱਕ ਲੈ ਕੇ ਜਾਂਦੀ, ਉਹ ਤਾਂ ਫਿਰ ਬਹੁਤ ਦੂਰ ਦੀ ਕਹਾਣੀ। ਅਜੇ ਨਿੱਕੀਆਂ ਨਿੱਕੀਆਂ ਗੱਲਾਂ ਨਹੀਂ ਸਾਡੇ ਹੱਥ ਵਿੱਚ ਆਈਆਂ ਜਿਹੜੀਆਂ ਅਸੀਂ ਗੁਰੂ ਘਰੋਂ ਸਿੱਖਣੀਆਂ ਸੀ। ਮੇਰੇ ਰਾਮ ਹਮ ਬਾਰਕ ਹੈ ਪ੍ਰਭ ਕੇ ਇਆਣੇ, ਕਦੀ ਇਹਨੇ ਨਿਆਣਾ ਆਪਣੇ ਆਪ ਨੂੰ ਕਿਹਾ ਹੀ ਨਹੀਂ। ਚਿੱਟਾ ਦਾੜਾ ਵੇਖ ਕੇ ਸਮਝਦਾ ਮੈਂ ਸਿਆਣਾ ਹੋ ਗਿਆ। ਅੱਖ ਵਾਹਿਗੁਰੂ, ਕੋਈ ਚਿੱਟੇ ਦਾੜੇ ਨਾਲ ਸਿਆਣਾ ਨਹੀਂ ਹੁੰਦਾ ਭੈਣੋ ਬੱਚੀ, ਉਹ ਸਮਝ ਰਹੇ ਹੋ ਨਾ, ਕੋਈ ਚਿੱਟੇ ਦਾੜੇ ਨਾਲ ਚਿੱਟੇ ਕੇਸ ਆਉਣ ਨਾਲ। ਮੈਂ ਬੜੇ ਬੜੇ ਚਿੱਟਿਆਂ ਦਾੜਿਆਂ ਵਾਲੇ ਨਿਆਣੇ ਵੇਖੇ ਅਤੇ ਮੈਂ 5 ਸਾਲ ਦੇ ਪ੍ਰਹਲਾਦ ਨੂੰ ਸਿਆਣਾ ਵੇਖਿਆ, ਜਿਹੜਾ ਕਹਿੰਦਾ ਸੀ ਨਹੀਂ ਛੋਡੂ ਰੇ ਬਾਬਾ ਰਾਮ ਨਾਮ ਮੇਰੋ ਔਰ ਪੜ੍ਹਨ ਸਿਓ ਨਹੀਂ ਕਾਮ। ਫਿਰ ਇੱਕ ਉਹ ਬੱਚਾ ਜਿਹੜਾ ਸਕੂਲੇ ਜਾ ਕੇ ਕਹਿੰਦਾ ਮੇਰੀ ਪੱਟੀਆ ਲਿਖ ਦਿਓ ਸ਼੍ਰੀ ਗੋਪਾਲ, ਇੱਕ ਉਹ ਬਜ਼ੁਰਗ ਜਿਹੜਾ ਗੁਰਦੁਆਰੇ ਵੀ ਆਣ ਕੇ ਕਹਿੰਦਾ ਨਹੀਂ ਗੁਰਦੁਆਰੇ ਨਹੀਂ ਬਹਿਣਾ, ਪਿੱਛੇ ਬਹਿ ਕੇ ਤਾਸ਼ ਖੇਡਾਂਗੇ, ਸਿਆਣਾ ਕੌਣ ਆ। ਬੋਲੋ ਨਾ ਗੁਰੂ ਕਿਸੇ ਕੋ, ਵੇਖੋ ਹਾਜ਼ਰ ਹੋ ਜਾਓ, ਸੁਣੋ ਹੁਣ ਦੋਵਾਂ 'ਚੋਂ ਸਿਆਣਾ ਕਿਹਨੂੰ ਕਹੋਗੇ, 5 ਸਾਲ ਵਾਲੇ ਨੂੰ ਕਿ 90 ਸਾਲ ਵਾਲੇ ਨੂੰ? ਦਾੜਾ ਸਹਿਣ ਨਹੀਂ ਸਿਆਣੇ ਹੋਣ ਦਾ, ਮੂੰਹ ਦੀਆਂ ਝਰੜੀਆਂ ਸਹਿਣ ਨਹੀਂ ਵੀ ਇਹ ਬੰਦਾ ਸਿਆਣਾ ਹੈ। ਅੰਦਰ ਦੀ ਚੇਤਨਤਾ ਸਿਆਣੀ ਹੈ। ਧੰਨ ਨੇ ਉਹ ਲੋਕ ਜਿਹਨਾਂ ਪੀਰੀਅਡ ਰਹਿੰਦਿਆਂ ਸਵਾਸ ਰਹਿੰਦਿਆਂ ਇਸ ਗੱਡੀ ਦਾ ਤੇਲ ਰਹਿੰਦਿਆਂ ਰਹਿੰਦਿਆਂ ਕਿਸੇ ਨੂੰ ਕਿਹਾ ਭਾਅ ਜੀ 70 ਸਾਲ ਦੇ ਹੋ ਚੱਲਿਆ ਮੰਜ਼ਿਲ ਨਹੀਂ ਮਿਲੀ, ਇਹਦੇ ਤੋਂ ਵੀ ਪਿੱਛੇ ਕਈ ਜਨਮਾਂ ਤੋਂ ਤੁਰਿਆ ਵਾਂ ਮੰਜ਼ਿਲ ਨਹੀਂ ਮਿਲੀ, ਗੋਬਿੰਦ ਮਿਲਣ ਕੀ ਹੈ ਤੇਰੀ ਉੱਥੋਂ ਤੱਕ ਨਹੀਂ ਪਹੁੰਚਿਆ, ਕਿਰਪਾ ਕਰਕੇ ਮੈਨੂੰ ਰਾਹ ਦੱਸ ਦਿਓ। ਕਿਹਾ ਹੀ ਨਹੀਂ ਕਿਸੇ ਨੂੰ। ਮੈਂ ਚਾਹੁੰਦਾ ਵਾਂ ਵੀ ਤੁਸੀਂ ਇੱਥੋਂ ਜਦੋਂ ਕਥਾ 'ਚ ਉੱਠੋ
ਕੋਈ ਨਾ ਕੋਈ ਸ਼ਬਦ ਨੋਟ ਆਪਣੀ ਸੁਰਤ 'ਚ ਕਰਕੇ ਖੜੋ ਅਤੇ ਮੈਨੂੰ ਜੋੜੇ ਖਾਨੇ ਪੁੱਛੋ, ਖਾਲਸਾ ਜੀ ਜੋ ਤੁਸੀਂ ਕਿਹਾ ਨਾ ਇਸ ਗੱਲ ਦੀ ਸਾਨੂੰ ਸਮਝ ਨਹੀਂ ਲੱਗੀ, ਕੋਈ ਸਮਝਾਓ। ਸੱਚਮੁੱਚ ਮੇਰੇ ਵੱਡੇ ਭਾਗ ਹੋਣਗੇ। ਸੋਚਦਾ ਮੈਂ ਇਹ ਹਾਂ ਵੀ ਜਦੋਂ ਤੁਸੀਂ ਚੁੱਪ ਚਪੀਤੇ ਇੱਥੋਂ ਤੁਰ ਪੈਂਦੇ ਹੋ ਅਤੇ ਉੱਥੇ ਬਾਹਰ ਨਿਕਲ ਕੇ ਹਾਏ 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 ਹੈਲੋ ਹੋਣ ਲੱਗ ਪੈਂਦੀ, ਸੁਣਾ ਨਹੀਂ ਕਦੋਂ ਦੀ ਆਈ ਹੈ ਬੰਤੋ, ਸੁਣਾ ਨਹੀਂ ਕਦੋਂ ਦੀ ਆਈ ਹੈ ਸੰਤੋ, ਆ ਗੱਲਾਂ ਹੁੰਦੀਆਂ ਨਾ। ਮੈਨੂੰ ਇਸ ਤਰ੍ਹਾਂ ਲੱਗਦਾ ਵੀ ਪਰਮਜੀਤ ਸਿੰਘ ਇਹ ਸੁਣਨ ਆਏ ਹੀ ਨਹੀਂ ਸੀ। ਜੋ ਮੇਰਾ ਸਾਹਿਬ ਕਹਿੰਦਾ ਆਇਓ ਸੁਣਨ ਪੜ੍ਹਨ ਕੋ, ਉਹ ਸਾਡਾ ਟਾਰਗੇਟ ਨਹੀਂ ਸੀ। ਧੰਨ ਨੇ ਗੁਰਦੁਆਰੇ ਦੇ ਇਸ ਵਿਊ 'ਚ ਵੀ ਆ ਗਏ, ਗੁਰਦੁਆਰੇ ਦੇ ਇਲਾਕੇ 'ਚ ਵੀ ਆ ਗਏ, ਪੈਰ ਵੀ ਧਰਤਾ, ਉਹ ਵੀ ਧੰਨ ਨੇ। ਮਗਰ ਸਭ ਤੋਂ ਧੰਨ ਉਹ ਲੋਕ ਨੇ ਜਿਹੜੇ ਆਣ ਕੇ ਗੁਰਦੁਆਰੇ ਗੱਲ ਸੁਣਦੇ ਅਤੇ ਉਸ ਗੱਲ ਨੂੰ ਪਹਿਲਾਂ ਸੁਣਦੇ, ਫਿਰ ਮੰਨਦੇ, ਫਿਰ ਰਾਹ ਦੇ ਉੱਤੇ ਚੱਲਦੇ, ਉਸ ਰਾਹ ਦੇ ਉੱਤੇ ਚੱਲਦੇ। ਹੱਥ ਜੋੜੋ ਮੇਰੀਆਂ ਬੱਚੀਆਂ ਵੀਰ ਗੁਰਸਿੱਖ, ਕਰ ਕਿਰਪਾ ਮੋਹੇ ਮਾਰਗ ਪਾਵੋ, ਕਰ ਕਿਰਪਾ ਮੋਹੇ ਮਾਰਗ ਪਾਵੋ, ਕਰ ਹਾਂ 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 ਬਣ ਗਈ ਵਾ। ਦਾਸ ਆਪਣੇ ਕੋ ਭਗਤੀ ਲਾਵੋ, ਦਾਸ ਆਪਣੇ ਕੋ ਭਗਤੀ ਲਾਵੋ, ਦਾਸ ਗੁਰੂ ਰਾਮਦਾਸ ਸਾਹਿਬ ਦੀ ਨਿਮਰਤਾ ਵੇਖੋ, ਧਿਆਨ ਦਿਓ, ਆਖੋ ਵਾਹਿਗੁਰੂ। ਗੁਰੂ ਰਾਮਦਾਸ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਜੀ ਆਪਣੀ ਰਸਨਾ ਤੋਂ ਕਹਿੰਦੇ, ਹਮ ਅੰਧਲੇ ਅੰਧ ਵਿਖੇ ਬਿਖਰਾਤੇ, ਕਿਉਂ ਚੱਲੇ ਗੁਰ ਚਾਲੀ। ਸਾਡਾ ਕੀ ਘਟਦਾ, ਸਿੱਖ ਦਾ ਕੀ ਘਟਦਾ ਹੈ ਜੇ ਸੋਢੀ ਸੁਲਤਾਨ ਪਾਤਸ਼ਾਹ ਇੰਨੇ ਬਚਨ ਬੋਲ ਸਕਦਾ ਵੀ ਅਸੀਂ ਅੰਨੇ ਹਾਂ ਅਤੇ 24 ਘੰਟੇ ਵਿਸ਼ੇ ਵਿਕਾਰਾਂ 'ਚ ਸਾਡੀ ਸੁਰਤ ਰੰਗੀ ਪਈ, ਰੱਤੀ ਪਈ, ਬਿਖੇ ਬਿਖ ਰਾਤੇ, ਅਤੇ ਇਹੋ ਜਿਹੀ ਸਿਚੁਏਸ਼ਨ ਵਿੱਚ ਕਿਉਂ ਚੱਲੇ ਗੁਰ ਚਾਲੀ। ਬੰਦਾ ਜਦੋਂ ਅੰਨਾ ਹੋਇਆ ਹੈ ਅਤੇ 24 ਘੰਟੇ ਇਹੀ ਸੋਚਦਾ ਰਹਿੰਦਾ, ਵਿਸ਼ੇ ਵਿਕਾਰਾਂ ਬਾਰੇ ਹੀ, ਮਾਇਆ ਬਾਰੇ ਹੀ ਸੋਚਦਾ ਰਹਿੰਦਾ ਹੈ, ਅਤੇ ਮੇਰਾ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਕਿੱਤਰਾਂ ਚੱਲੇ ਉਹਦੀ ਚਾਲ 'ਤੇ, ਕਿਉਂ ਚੱਲੇ, ਉੱਚੀ ਬੋਲਿਆ ਕਰੋ, ਕਿਉਂ ਚੱਲੇ ਗੁਰੂ ਦੀ ਚਾਲ, ਗੁਰੂ ਦੀ ਮਰਿਆਦਾ 'ਤੇ ਕਿੱਤਰਾਂ ਚੱਲ ਸਕਦਾ ਜਦੋਂ ਇਹ ਹੈ ਵੀ ਬਲਾਈਂਡ, ਅਤੇ 24 ਘੰਟੇ ਇੱਕੋ ਹੀ ਸੁਰਤ ਵਿੱਚ ਮਨ ਦੇ ਵਿੱਚ ਚੱਲਦੇ ਹੁੰਦੇ ਦੇ ਵਿਸ਼ੇ ਵਿਕਾਰ, ਮਾਇਆ 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 ਮਾਇਆ, ਵਿਖ ਹੈ ਵਿਖ ਰਾਤੇ, ਕਿਉਂ ਚੱਲੇ। ਧੰਨ ਗੁਰੂ ਰਾਮਦਾਸ ਤੋਂ, ਧੰਨ ਹੈ ਧੰਨ ਹੈ ਧੰਨ ਹੈ ਗੁਰੂ ਰਾਮਦਾਸ, ਜਿਹਨੇ ਬਾਬੇ ਅਮਰਦਾਸ ਨੂੰ ਆਖਿਆ ਸਤਿਗੁਰ ਦਇਆ ਕਰੇ ਸੁਖਦਾਤਾ। ਬੋਲੋ ਹਾਂ, ਫਿਰ ਬੋਲੋ, ਸਤਿਗੁਰ ਤੇ ਹਮ ਲਾਵੇ ਆਪਣਾ, ਆਪਣਾ ਨਾਮ ਜਪਾਵੋ, ਆਪਣਾ ਨਾਮ ਜਪਾਵੋ, ਆਪਣਾ ਨਾਮ, ਦੇਹੋ ਆਪਣਾ ਨਾਮ, ਦੇਹੋ ਆਪਣਾ ਨਾਮ, ਦੇਹੋ ਮੋਹਿ ਪਰਦੇਸਣ ਦੂਰ ਤੇ ਆਈ, ਮੋਹਿ ਪਰਦੇਸਣ ਦੂਰ ਤੇ ਆਈ, ਮੋਹਿ ਪਰ ਆ
मोहे अनाथ की करो समाई, मोहे अनाथ की करो समाई, मोहे नाहन दर्ब न जोबन माती, नाहन दर्ब न जोबन माती, नाहन अर्थ की बनू नाहन दर्ब जड़ी मैं परदेसन दूरों आई हाँ ना मिलना चाहती तेनू बहुत बहुत अमीर ने ਜਿਹੜੇ ਕਹਿੰਦੇ ਰੱਬ ਵਿਕਦਾ ਹੈ ਅਤੇ ਅਸੀਂ ਖਰੀਦ ਲਾਂਗੇ ਮੇਰੇ ਕੋਲ ਤਾਂ ਦਰਬ ਮਾਇਆ ਮੇਰੇ ਕੋਲ ਤਾਂ ਪੈਸਾ ਵੀ ਨਹੀਂ ਮੈਂ ਤੈਨੂੰ ਕਿਸ ਤਰ੍ਹਾਂ ਮਿਲੂੰਗੀ ਆਖੋ ਵਾਹਿਗੁਰੂ ਮੈਂ ਤੈਨੂੰ ਨਾਹਨ ਦਰਬ ਕੁਛ ਬਹੁਤ ਲੋਕ ਸੁੰਦਰ ਬੜੇ ਨੇ ਜਿਹੜੇ ਕਹਿੰਦੇ ਮੇਰੀ ਸੁੰਦਰਤਾ 'ਤੇ ਡੁੱਬ ਕੇ ਰੱਬ ਮੇਰੇ ਕੋਲ ਆ ਜਾਊ ਨਾ ਜੋਬਨ ਮਾਤੀ ਨਾ ਪੈਸਾ ਹੈ ਨਾ ਸੁੰਦਰਤਾ ਹੈ ਮੈਂ ਤਾਂ ਇੱਕੋ ਹੀ ਤਰਲਾ ਪਾਉਂਦੀ ਹਾਂ ਮੋਹੇ ਅਨਾਥ ਕੀ ਕਰੋ ਸਮਾਈ ਮੋਹੇ ਅਨਾਥ ਕੀ ਕਰੋ ਸਮਾਈ ਮੋਹੇ ਹੌਲੀ ਪੈ ਗਏ ਹੋ ਮੈਂ ਦੂਰੋਂ ਆਈ ਹਾਂ ਕਿਰਪਾ ਕਰ ਮੈਨੂੰ ਆਪਣੇ ਚਰਨਾਂ ਨਾਲ ਸਮਾਈ ਹੁੰਦਾ ਸਮਝੌਤਾ ਹੋ ਜਾਣਾ ਸਮਝੌਤਾ ਹੋ ਜਾਣਾ ਸਮਾਈ ਹੋ ਗਈ ਆਪਸ ਵਿੱਚ ਮਿਲਾਪ ਹੋ ਗਿਆ ਹੱਥ ਜੋੜੋ ਮੇਰੇ ਵੀਰੋ ਤੈਨੂੰ ਪਤਾ ਲੱਗ ਰਿਹਾ ਵੀ ਹੱਥ ਜੋੜੋ ਗੁਰੂ ਨੂੰ ਕਹੋ ਦੋ ਸ਼ਬਦ ਲਿਖੇ ਜਿਸੇ ਭਲਾਵੀ ਪੰਧ ਸਿਰ ਤਿਸੇ ਦਿਖਾਵੇ ਕੌਣ ਪਤਾ ਲੱਗਾ ਜੀ ਪੰਧ ਸਿਰ ਰਾਹ ਦੱਸਣ ਵਾਲਾ ਜਿਹਨੂੰ ਭਲਾਵੇ ਉਹਨੂੰ ਦੱਸੇ ਕੌਣ ਆਖੋ ਵਾਹਿਗੁਰੂ ਅਤੇ ਫਿਰ ਲਿਖਿਆ ਵੀ ਜਿਹਨੂੰ ਦਿਖਾਉਣ ਵਾਲਾ ਦਿਖਾਵੇ ਜਿਸੇ ਦਿਖਾਲੇ ਵਾਟੜੀ ਵਾਟੜੀ ਮੀਨਜ ਰਸਤਾ ਦੱਸਣ ਵਾਲਾ ਜਿਹਨੂੰ ਵਿਖਾਵੇ ਡਾਇਰੈਕਸ਼ਨ ਸਹੀ ਦੇ ਦੇ ਅਤੇ ਭੁੱਲੇ ਮਾਰਗ ਐਸਾ ਗੁਰ ਭੁੱਲ ਇੱਥੇ ਹੀ ਹੋਈ ਉਹ ਕਹਿੰਦਾ ਸੀ ਮਨੁੱਖ ਦੇ ਆਸਰੇ 'ਚ ਨਾ ਜੀਵੀਂ ਅਸੀਂ ਮਨੁੱਖ ਦੇ ਆਸਰੇ 'ਚ ਚਲੇ ਗਏ ਮੈਨੂੰ ਫਲਾਣੇ ਮਹਾਂਪੁਰਸ਼ਾਂ ਨੇ ਜੁਗਤੀ ਦੱਸੀ ਰਾਹ ਦੱਸਿਆ ਉਹ ਕਹਿੰਦੇ ਨਹੀਂ ਨਹੀਂ ਵਾਟੜੀ ਵਾਟੜੀ ਰਸਤੇ ਦਾ ਮਾਲਕ ਜਿਹਨੂੰ ਰੱਬ ਨੇ ਡਿਊਟੀ ਦੇ ਕੇ ਭੇਜਿਆ ਗੁਰੂ ਨਾਨਕ ਸਾਹਿਬ ਨੂੰ ਜਾਓ ਭੁੱਲੀਆਂ ਰੂਹਾਂ ਨੂੰ ਰਾਹ ਵਿਖਾਓ ਭੇਜਿਆ ਹੈ ਗੁਰੂ ਨਾਨਕ ਜੱਗ ਮਾਹੇ ਪਠਾਇਆ ਭੇਜਿਆ ਇਸ ਕਰਕੇ ਵੀ ਭੁੱਲੀਆਂ ਭਟਕੀਆਂ ਰੂਹਾਂ ਨੂੰ ਰਾਹੇ ਪਾਓ ਹੁਣ ਗੁਰੂ ਨਾਨਕ ਦਾ ਦਰ ਛੱਡ ਕੇ ਫਿਰ ਤੁਸੀਂ ਕਹੋਗੇ ਗੁਰੂ ਨਾਨਕ ਤਾਂ ਹੁਣ ਹੈ ਨਹੀਂ ਫਿਜ਼ੀਕਲ ਆਖੋ ਵਾਹਿਗੁਰੂ ਫਿਜ਼ੀਕਲ ਕਰਕੇ ਫਿਜ਼ੀਕਲ ਗੁਰੂ ਨਾਨਕ ਸਾਹਿਬ ਸਰੀਰ ਵਿੱਚ ਇੱਥੇ ਹੈ ਨਹੀਂ ਕੀ ਕਰੀਏ ਅਤੇ ਜਦੋਂ ਤੁਸੀਂ ਥੋੜ੍ਹਾ ਜਿਹਾ ਇਤਿਹਾਸ ਨੂੰ ਟੱਚ ਕਰੋਗੇ ਗੁਰੂਆਂ ਨੂੰ ਟੱਚ ਕਰੋਗੇ ਤਾਂ ਕਿਸੇ ਨਾ ਕਿਸੇ ਵੇਲੇ ਗੁਰੂਆਂ ਨੂੰ ਪੁੱਛਿਆ ਹੈ ਵੀ ਤੁਸੀਂ ਸਰੀਰ 'ਚ ਨਹੀਂ ਹੋਗੇ ਤਾਂ ਅਸੀਂ ਕੀ ਕਰੀਏ ਆਖੋ ਵਾਹਿਗੁਰੂ ਜਦੋਂ ਤੁਸੀਂ ਅਸੀਂ ਕੀ ਕਰੀਏ ਕਿਹਦਾ ਦਰਸ਼ਨ ਕਰੀਏ ਅਤੇ ਗੁਰੂ ਸਾਹਿਬ ਦੇ ਆਪਣੇ ਬਚਨ ਨੇ ਲਿਖੇ ਵੀ ਗੁਰੂ ਦਰਸ ਜਿਹੇ ਦੇਖਣਾ ਸੁਣਿਓ ਧਿਆਨ ਨਾਲ ਹਾਜ਼ਰ ਗੁਰੂ ਦਰਸ ਜਿਹੇ ਮਤਲਬ
ਜਿਹਨੇ ਜਿਹੇ ਮਣੇ ਜਿਹਨੇ ਗੁਰੂ ਦਾ ਦਰਸ਼ਨ ਵੇਖਣਾ ਹੈ, ਗੁਰੂ ਗ੍ਰੰਥ ਦਰਸਾਏ, ਮੇਰੇ ਦਰਸ਼ਨ ਜਿਹਨੇ ਕਰਨੇ ਨੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰ ਲਿਓ। ਫਿਰ ਉਹਨਾਂ ਪੁੱਛਿਆ, ਮਹਾਰਾਜ ਦਰਸ਼ਨ ਤਾਂ ਕਰ ਲਾਂਗੇ, ਇਸ ਤਰ੍ਹਾਂ ਆਣ ਕੇ ਬਹਿ ਜਾਂਗੇ, ਕੜਾਹ ਪ੍ਰਸ਼ਾਦ ਵਰਤੂਗਾ, ਕਥਾ ਸੁਣਾਂਗੇ, ਕੀਰਤਨ ਸੁਣਾਂਗੇ, ਚੱਲ ਜਾਂਗੇ। ਮੈਂ ਰਾਹ ਫਿਰ ਭੁੱਲਿਆ ਹੀ, ਅੰਦਰ ਰੌਲਾ ਪੈਂਦਾ, ਰਾਹ ਤੈਨੂੰ ਅਜੇ ਮਿਲਿਆ ਨਹੀਂ, ਅੰਦਰ ਰੌਲਾ ਪੈਂਦਾ ਵੀ ਰਾਹ ਤੈਨੂੰ ਅਜੇ ਸੱਚਮੁੱਚ ਹੀ ਜਿਉਂ ਜਾਗਦੀ ਜ਼ਮੀਰ ਨੂੰ ਪਤਾ ਲੱਗਦਾ ਹੈ, ਜਿਉਂਦੀ ਮੱਛੀ ਨੂੰ ਪਤਾ ਲੱਗਦਾ ਮੈਂ ਤੜਫੇ ਇਸ ਕਰਕੇ ਨਹੀਂ ਕਿਉਂਕਿ ਮੈਨੂੰ ਪਾਣੀ ਨਹੀਂ ਮਿਲਿਆ। ਪਤਾ ਲੱਗ ਰਿਹਾ ਕਿ ਨਹੀਂ? ਮੱਛੀ ਜਿਉਂਦੀ ਹੋਵੇ ਤੇ ਫਿਰ ਉਹਨੂੰ ਪਤਾ ਹੈ ਵੀ ਮੈਂ ਇਸ ਤਰ੍ਹਾਂ ਤੜਫ ਕਿਉਂ ਰਹੀ, ਕਿਉਂਕਿ ਮੈਂ ਪਾਣੀ 'ਚੋਂ ਬਾਹਰ ਕੱਢ ਦਿੱਤੀ ਗਈ। ਜੇ ਕਦੀ ਆਖਿਆ ਮਹਾਰਾਜ ਤੁਹਾਡੇ ਦਰਸ਼ਨ ਤਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਕਰ ਲਾਂਗੇ, ਮਗਰ ਜਿਸ ਤਰ੍ਹਾਂ ਅਸੀਂ ਤੁਹਾਡੇ ਕੋਲ ਬੈਠੇ ਪੁੱਛਦੇ ਸਾਂ ਵੀ ਆਹ ਗੱਲ ਸਤਿਗੁਰੂ ਕਿਸ ਤਰ੍ਹਾਂ ਹੈ, ਆਹ ਗੱਲ ਸਤਿਗੁਰੂ ਕਿਸ ਤਰ੍ਹਾਂ ਹੈ, ਆ ਅਤੇ ਤੁਸੀਂ ਸੋਹਣੇ ਮੁਖਾਰਬੰਦ ਦੇ ਵਿੱਚੋਂ ਸਾਨੂੰ ਸਮਝਾਉਂਦੇ ਸੋ ਆਹ ਗੱਲ ਇਸ ਤਰ੍ਹਾਂ ਹੈ, ਆਹ ਗੱਲ ਇਸ ਤਰ੍ਹਾਂ ਹੈ, ਆਹ ਗੱਲ ਕਿਸ ਤਰ੍ਹਾਂ ਹੈ, ਅਤੇ ਫਿਰ ਤੁਹਾਡੇ ਨਾਲ ਗੱਲਾਂ ਕਰਨ ਨੂੰ ਦਿਲ ਕਰੇ ਤਾਂ ਕੀ ਕਰੀਏ? ਪਹਿਲਾਂ ਤਾਂ ਕਿਹਾ ਦਰਸ਼ਨ ਕਰਨੇ, ਹੁਣ ਤਾਂ ਕੀ ਕਰੀਏ? ਅਤੇ ਕੀ ਕਿਹਾ ਉਹਨਾਂ ਨੇ? ਗੁਰੂ ਗ੍ਰੰਥ ਸਾਹਿਬ ਦੇ, ਸ਼ਾਬਾਸ਼, ਤੁਰ ਪਈ ਗੱਲ, ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰ। ਹੁਣ ਕਹਿੰਦੇ ਜੇ ਗੱਲਾਂ ਕਰਨ ਨੂੰ ਦਿਲ ਕਰੇ ਤਾਂ ਸਾਹਿਬ ਕਹਿੰਦੇ ਬਾਤ ਕਰਨ ਹਮਸਿਓ ਚਾਹੇ, ਬੋਲੋ ਭਲਾ, ਅਰ ਪਤਾ ਲੱਗ ਗਿਆ ਗੱਲ ਦਾ, ਸੁਰਤ ਟਰੈਕ 'ਤੇ ਹੀ ਹੈ ਨਾ, ਜੇ ਸਾਡੇ ਨਾਲ ਕੋਈ ਅਤੇ ਗ੍ਰੰਥ ਪੜ੍ਹੇ ਚਿੱਤ ਲਾਏ, ਜੇ ਮੇਰੇ ਨਾਲ ਗੱਲਾਂ ਕਰਨੀਆਂ ਨੇ ਅਤੇ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਚਿੱਤ ਜੋੜ ਕੇ ਇੱਕ ਮਨ ਇੱਕ ਚਿੱਤ ਹੋ ਕੇ ਗੱਲਾਂ ਕਰਿਓ, ਸਿੱਖੋ ਮਹਿਸੂਸ ਕਰੋਗੇ ਮੇਰੇ ਨਾਲ ਗੱਲ ਹੋ ਰਹੀ। ਉਹਦੇ ਨਾਲੋਂ ਟੁੱਟ ਕੇ ਆਪਾਂ ਉਹਨਾਂ ਲੋਕਾਂ ਨੂੰ ਡਾਇਰੈਕਸ਼ਨ ਪੁੱਛੀ ਜਿਨ੍ਹਾਂ ਨੂੰ ਖੁਦ ਨਹੀਂ ਸੀ ਮਿਲਿਆ, ਸੱਚ ਜਾਣਿਓ ਜਿਨ੍ਹਾਂ ਨੂੰ ਮਿਲਿਆ ਹੈ ਨਾ, ਆਖੋ ਵਾਹਿਗੁਰੂ, ਉਹਨਾਂ ਕਦੀ ਆਪਣੀ ਪੂਜਾ ਨਹੀਂ ਕਰਾਈ, ਇਹ ਮਿਲੇ ਦੀ ਨਿਸ਼ਾਨੀ ਹੈ। ਖਸਮ ਅਤੇ ਔਰਤ ਦੋਵੇਂ ਬਰਾਬਰ ਹੋਣ, ਪਕੜ ਰਹੇ ਹੋ ਜੀ, ਇੱਕ ਮੰਜੇ 'ਤੇ ਬੈਠੇ ਹੋਣ, ਅਤੇ ਔਰਤ ਕਦੀ ਨਹੀਂ ਕਹਿੰਦੀ ਮੇਰੇ ਪੈਰੀਂ ਹੱਥ ਲਾਓ, ਕਹਿੰਦੀ ਆ ਖਸਮ ਬੈਠਾ ਜੇ, ਇਹ ਸੱਚ ਸਭਨਾ ਕਾ। ਇਹ ਸੱਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਹੁੰਦਿਆਂ ਜਿਹੜਾ ਬੰਦਾ ਇਹਦੀ ਤਾਬਿਆ 'ਚ ਬਹਿ ਕੇ ਇਹਦੀ ਥਾਂ 'ਤੇ ਮੱਥੇ ਟਿਕਾਉਂਦਾ, ਸਮਝ ਲਓ ਉਹ ਕਮਜਾਤ ਔਰਤ ਆ। ਜੀਵ ਆਤਮਾ ਨੂੰ ਮੈਂ ਕਹਿ ਰਿਹਾ, ਉਹ ਜੀਵ ਆਤਮਾ ਕਮਜ਼ਾਤ ਆ ਜਿਹੜੀ ਖਸਮੇ ਕਰੇ ਬਰਾਬਰੀ। ਉਹ ਇੱਕ ਵਾਰ ਬੋਲੋ ਨਾ, ਫਿਰ ਗੈਰਤ, ਆਪਣੇ ਅੰਦਰ ਇਤਰਾਂ ਦਾ ਸੁਭਾਅ ਬਣਾਉਣਾ ਵੀ ਮੈਂ ਇਹਦੇ ਬਰਾਬਰ ਹਾਂ। ਜਿਸ ਘਰ 'ਚ ਔਰਤ ਮਰਦ ਦੇ ਬਰਾਬਰ ਸਮਝਣ ਲੱਗ ਪਏ ਆਪਣੇ ਆਪ ਨੂੰ, ਉਹ ਘਰ ਨਹੀਂ ਵੱਸਦੇ। ਇਸ ਧਰਤੀ 'ਤੇ ਸਾਡੇ ਪੰਥ ਵਿੱਚ, ਗੁਰੂ ਨਾਨਕ ਦੇ ਪੰਥ ਵਿੱਚ ਅੱਜ ਬੇਅੰਤ ਉਹ ਲੋਕ ਆ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰਤਾ 'ਤੇ ਲੱਤਾਂ ਘਟਾਉਂਦੇ, ਪੂਜਾ ਕਰਾਉਂਦੇ, ਮੱਥੇ ਟਿਕਾਉਂਦੇ, ਕਰਦੇ ਜੀ ਬੋਲੋ ਗੁਰੂ ਕਿਸ ਅਤੇ ਡਾਇਰੈਕਸ਼ਨ ਦਿੰਦੇ, ਇਸ ਤਰ੍ਹਾਂ ਕਰੋ, ਸੰਪਟ ਪਾਠ ਕਰਾ ਲਓ, ਆਹ ਕੁਝ ਕਰੋ, ਆਹ ਕੁਝ ਕਰੋ, ਆਹ ਕੁਝ ਕਰੋ, ਇੰਨੀਆਂ ਕੋਤਰੀਆਂ ਕਰਾ ਦਿਓ, ਇੰਨਾ। ਇਹ ਖਸਮ ਦੀ ਮੱਤ ਨਹੀਂ ਗਈ, ਉੱਥੇ ਲਿਖਿਆ ਗੁਰ ਕੀ ਮੱਤ ਤੂੰ ਨਿਆਣੇ ਜੀਵ, ਤੂੰ ਮੱਤ ਕਿਹਦੀ ਲਈ? ਅਤੇ ਗੁਰੂ ਦੀ ਮੱਤ ਆਹ ਗੱਲਾਂ ਨਹੀਂ ਕਹਿੰਦੀ, ਗੁਰੂ ਦੀ ਮੱਤ ਕਹਿੰਦੀ ਆ ਆਹ ਹੁਣੇ ਸੋਹਣੇ ਪੂਰੇ ਗੁਰ ਕਾ ਸੋਹਣੇ ਉਪਦੇਸ਼, ਆ ਸ਼ਬਦ ਪੜ੍ਹ ਕੇ ਹਟੇ ਰਾਗੀ, ਪੂਰੇ ਗੁਰ ਕਾ ਸੁਣੇ ਉਪਦੇਸ਼। ਮਹਾਰਾਜ ਦੱਸੋ ਤੁਸੀਂ ਇੱਕ ਗੱਲ 'ਚ ਦੱਸ ਦਿਓ, ਪਾਰ ਬ੍ਰਹਮ ਨਿਕਟ ਕਰ ਭੇਖ, ਰੱਬ ਨੂੰ 24 ਘੰਟੇ ਆਪਣੇ ਕੋਲ ਜਾਣ, ਹੱਥ ਜੋੜੇ, ਹਰ ਮੇਰੀ ਧੀ ਸੁਣੇ,
ਪੜ੍ਹਨਾ ਬੜਾ ਸੌਖਾ ਹੈ ਵੀ ਪਾਰ ਬ੍ਰਹਮ ਨਿਕਟ ਕਰ ਪੇਖ, ਮਗਰ ਬਿਊਟੀ ਪਾਰਲਰ 'ਤੇ ਜਾਣ ਲੱਗਿਆਂ ਰੱਬ ਸਾਨੂੰ ਕਿਉਂ ਨਹੀਂ ਦਿਸਿਆ? ਸ਼ਰਾਬ ਪੀਣ ਲੱਗਿਆਂ ਰੱਬ ਸਾਨੂੰ ਪੜ੍ਹਦਾ ਰਹੇ ਨਾ, ਪਾਰ ਬ੍ਰਹਮ ਨਿਕਟ ਨੇੜੇ ਨੇੜੇ ਸਭ ਕੋ ਕਹੇ। ਇਹ ਬਾਣੀ ਜੇ ਅੰਮ੍ਰਿਤਮਈ ਬਾਣੀ ਆ। ਇੱਕ ਵਾਰ ਸੁਚੇਤ ਹੋ ਕੇ ਇਸ ਤਰ੍ਹਾਂ ਬੈਠੋ ਤਾਂ ਮੈਨੂੰ ਦੱਸੋ ਕੀ ਲਿਖਿਆ? ਨੇੜੇ ਨੇੜੇ ਸਭ ਕੋ ਕਹੇ, ਬੋਲੋ। ਕਿਸੇ ਨੂੰ ਪੁੱਛ ਕੇ ਵੇਖ ਲਓ ਰੱਬ ਕਿੱਥੇ, ਕਹਿੰਦੇ ਨਾਲ ਹੀ ਤਾਂ ਹੈ, ਨੇੜੇ ਨੇੜੇ। ਮਗਰ ਗੁਰਮੁਖ ਭੇਦ ਕੋ ਵਿਰਲਾਲ ਹੈ, ਗੁਰਮੁਖ ਭੇਦ ਕੋਈ ਕੋਈ ਵਿਰਲੀ, ਗੁਰਮੁਖ ਰੂਹ ਇਸ ਭੇਦ ਨੂੰ ਪਾਉਂਦੀ ਵੀ ਰੱਬ ਮੇਰੇ ਅੰਗ ਸੰਗ ਆ। ਇਹਨੇ ਜਦੋਂ ਕਿਹਦੀ ਗੱਡੀ ਕਿਤੇ ਡੋਲਣ ਲੱਗੇ ਉਦੋਂ ਕਹਿੰਦਾ ਗੁਰ ਮੇਰੇ ਸੰਗ ਸਦਾ ਹੈ ਨਾਲੇ। ਰੱਬ ਨਾ ਕਰੇ ਕੋਈ ਘਰ 'ਚ ਬਿਪਤਾ ਆਉਂਦੀ ਤਾਂ ਕਹਿੰਦਾ ਮਹਾਰਾਜ ਅਸੀਂ ਤਾਂ ਪੜ੍ਹਦੇ ਰਹਿੰਦੇ ਹਾਂ ਗੁਰ ਮੇਰੇ ਸੰਗ ਸਦਾ ਹੈ, ਮਗਰ ਜਦੋਂ ਬੱਚੇ ਦਾ ਪੁੱਤ ਦਾ ਜਨਮ ਦਿਨ ਮਨਾਉਂਦਾ ਅਤੇ ਸ਼ਰਾਬ ਦੀਆਂ ਪੇਟੀਆਂ ਲਿਆਉਂਦਾ ਉਦੋਂ ਨਹੀਂ ਬੋਲਦਾ। ਜਦੋਂ ਨਾਈ ਦੀ ਦੁਕਾਨ 'ਤੇ ਜਾਂਦਾ ਹੈ, ਜਦੋਂ ਪਾਪ ਕਰਦਾ ਹੈ, ਉਦੋਂ ਆਹ ਸ਼ਬਦ ਨਹੀਂ ਬੋਲਦਾ ਵੀ ਗੁਰ ਮੇਰੇ ਸੰਗ, ਕਿਉਂ ਨਹੀਂ ਬੋਲਦਾ? ਇਸੇ ਕਰਕੇ ਨਹੀਂ ਬੋਲਦਾ। ਮੈਂ ਤਾਂ ਲੋੜ ਵੇਲੇ ਤੈਨੂੰ ਸਿਮਰਦਾ, ਮੈਂ ਤਾਂ ਲੋੜ ਵੇਲੇ ਕਹਿੰਦਾ ਵਾਂ ਵੀ ਤੂੰ ਮੇਰੇ ਕੋਲ ਹੈ, ਪਾਰ ਬ੍ਰਹਮ ਨਿਕਟ ਕਰ। ਅਤੇ ਕੀ ਉਪਦੇਸ਼ ਹੈ ਜੀ ਆ ਸਾਰੀ ਸੰਗਤ ਨੂੰ ਅੱਜ ਦੱਸ ਦਿਓ ਗਰੀਬ ਨਿਵਾਜ ਪਾਤਸ਼ਾਹ, ਉਪਦੇਸ਼ ਕੀ ਆ ਪੂਰੇ ਗੁਰੂ ਦਾ? ਸਾਸ ਸਾਸ ਸਿਮਰੋ, ਬੋਲੋ ਹਾਂ, ਸਾਸ ਸਾਸ ਮਨ ਅੰਤਰ ਕੀ ਉਤਰੇ, ਚਿੰਦਮਣੇ ਚਿੰਤਾ, ਚਿੰਦਮਣੇ ਜਿਹੜੀ ਤੇਰੇ ਅੰਦਰ ਚਿੰਤਾ ਹੈ ਨਾ, ਧੁੱਖ ਖਾ ਰਹੀ ਤੈਨੂੰ, ਚਿੰਤਾ ਚਿਖਾ ਜਿਹੜੀ ਤੈਨੂੰ ਸਾੜ ਰਹੀ ਅੰਦਰੋਂ, ਉਹਦੀ ਨਿਸ਼ਾਨੀ ਤੇਰੀਆਂ ਅੱਖਾਂ ਕਾਲੀਆਂ ਹੋਣੀਆਂ ਸ਼ੁਰੂ ਹੋ ਗਈਆਂ, ਉਹਦੀ ਨਿਸ਼ਾਨੀ ਤੈਨੂੰ ਝਿਰੜੀਆਂ ਪੈਣੀਆਂ ਸ਼ੁਰੂ ਹੋ ਗਈਆਂ, ਚਿੰਤਾ ਤੈਨੂੰ ਅੰਦਰੋਂ ਸੜ ਰਹੀ, ਇਹ ਅੰਦਰਲੀ ਸਾਰੀ ਤੇਰੀ ਚਿੰਤਾ ਬਾਹਰ ਕੱਢ ਦੂ। ਵਾਹਿਗੁਰੂ 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 ਵਾਹਿਗੁਰੂ, ਜੁੜੋ ਵਾਹਿਗੁਰੂ 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 ਵਾਹਿਗੁਰੂ। ਆਖੋ ਸਤਨਾਮ ਸ੍ਰੀ ਪਾਰ ਬ੍ਰਹਮ ਸਾਸ ਸਾਸ। ਦਵਾਈ ਕਾਹਦੀ ਦੱਸੀ ਹੈ? ਮਨ ਅੰਤਰ ਕੀ ਉਤਰੇ, ਅਤੇ ਤੁਸੀਂ ਕਹਿਣਾ ਨਾ ਵੀ ਮੈਂ ਚਿੰਤਾ 'ਚ ਨਹੀਂ, ਪਿਤਾ ਜੀ ਦਾ ਹੁਕਮ ਆ। ਗੁਰੂ ਕੇ ਸਿੱਖੋ ਸੁਣੋ, ਚਿੰਤਤ ਹੀ ਦਿਸੇ ਸਭ ਕੋਏ, ਨਹੀਂ ਪਤਾ ਲੱਗਾ ਜਿਹੜਾ ਉਹਦਾ ਥਰਮਾਮੀਟਰ ਆ ਨਾ, ਉਹਨੇ ਸਾਰਿਆਂ ਨੂੰ ਲਾ ਕੇ ਵੇਖਿਆ
ਰਣਵੀਰ ਸਿੰਘ ਇੱਕ ਵੀ ਨਹੀਂ ਬਚਿਆ, ਨਾਨਕ ਦੁਖੀਆ ਭੱਜ ਦਿਓ, ਭੱਜਦਾ ਇਹ ਜੀਵ, ਕਿਸੇ ਨੂੰ ਪਤਾ ਨਾ ਲੱਗ ਜਾਏ ਵੀ ਮੈਂ ਦੁਖੀ ਹਾਂ, ਵਿੱਚੋਂ ਦੁੱਖ ਦੁਖੀ ਖਾ ਰਹੀ ਹੈ। ਅੰਤਰ ਚਿੰਤਾ, ਸੁਣਿਓ ਬਰੀਕ ਆ, ਅੰਤਰ ਅਤੇ ਨੈਣੀ ਸੁਖੀ, ਬਾਹਰ ਦਾ ਵਿਖਾਵਾ ਕੀ ਹੈ, ਮੈਂ ਤਾਂ ਬੜਾ ਸੁਖੀ ਹਾਂ। ਭੈਣੋ ਸੁਣ ਰਹੇ ਪੁੱਤ, ਅੰਤਰ ਚਿੰਤਾ, ਬੋਲੋ ਭਲਾ, ਅੰਤਰ ਚਿੰਤਾ ਨਾਲ ਮਰਿਆ ਪਿਆ ਹੈ। ਜਦੋਂ ਪਾਰਟੀ 'ਚ ਜਾਂਦਾ ਹੈ, ਆਖੋ ਵਾਹਿਗੁਰੂ, ਐਂ ਕਰੀਮ ਛੀਮ ਮਲ ਕੇ, ਰੰਗ ਰੁੰਗ ਮਲ ਕੇ, ਹਾਂ ਤਿਆਰ ਹੋ ਕੇ, ਹਾਏ ਵਾਹੇ, ਪਤਾ ਹੀ ਨਹੀਂ ਲੱਗਣ ਦਿੰਦਾ ਵੀ ਅੰਦਰੋਂ ਮਰ ਰਿਹਾ ਚਿੰਤਾ ਨਾਲ ਇਨਸਾਨ। ਥੋੜ੍ਹਾ ਜਿਹਾ ਬਰੀਕੀ ਨਾਲ ਆਪਣੇ ਅੰਦਰ ਆਓ, ਕੋਈ ਕਾਹਲੀ ਨਹੀਂ ਭੱਜਣ ਦੀ, ਚੋਟ ਤਾਂ ਇੱਕ ਹੀ ਬੜੀ। ਤੁਸੀਂ ਕਿਸੇ ਨਾਲ ਵੱਡੀ ਗੱਡੀ 'ਚ ਬਹਿ ਕੇ ਵੇਖੋ, ਇੱਕ ਮਿੰਟ ਹੋਰ ਲੈਣਾ, ਵੱਡੀ ਗੱਡੀ 'ਚ ਬੈਠੋ, ਬਹੁਤ ਟੌਪ ਦੀ ਮਹਿੰਗੀ ਗੱਡੀ, ਅਤੇ ਮਹਿੰਗੀ ਗੱਡੀ ਨਾ ਵੇਖਿਓ, ਮਹਿੰਗੀ ਗੱਡੀ 'ਚ ਬਹਿਣ ਵਾਲੇ ਨੂੰ ਵੇਖਿਓ। ਆ ਸਾਡੀ ਭੁੱਲ ਕੀ ਹੈ, ਕੀ ਭੁੱਲ ਹੈ ਸਾਡੀ, ਵੱਡੀ ਗੱਡੀ ਵੇਖ ਕੇ ਜਿਹੜਾ ਵਿੱਚ ਬੈਠਾ ਉਹਦੇ ਵੱਲ ਧਿਆਨ ਨਹੀਂ ਦਿੱਤਾ, ਸਾਰਾ ਰਾਹ ਇਹ ਗੱਲ ਭਾਅ ਜੀ ਕਿੰਨੇ ਦੀ ਲਈ। ਮੈਂ ਤੁਹਾਨੂੰ ਇਹ ਸੱਦਾ ਦਿੰਦਾ, ਮੇਰੀ ਇੱਕ ਇੱਕ ਧੀ ਨੂੰ, ਇੱਕ ਇੱਕ ਵੀਰ ਨੂੰ, ਜਦੋਂ ਵੱਡੀ ਗੱਡੀ ਕਿਸੇ ਦੀ 'ਚ ਬੈਠੋਗੇ ਨਾ, ਦੋ ਕੁ ਮਿੰਟ ਲਈ ਉਸ ਬੰਦੇ ਵੱਲ ਗਹਿਰੀ ਅੱਖ ਨਾਲ ਵੇਖਣਾ, ਉਹ ਬੰਦਾ ਸਾਹ ਕਦੋਂ ਜਿਸ ਤਰ੍ਹਾਂ ਲਊਗਾ, ਉਹ ਬੀਬੀ ਨੂੰ ਕਹੋ ਝੌਂਕੜਾ ਮਾਰ, ਜਦੋਂ ਸਾਹ ਲਊਗਾ ਉਹ ਬੰਦਾ, ਆਖੋ ਵਾਹਿਗੁਰੂ, ਇਤਰਾਂ ਲਊਗਾ, ਇਹਨੂੰ ਹੌਕਾ ਕਹਿੰਦੇ। ਕੀ ਕਹਿੰਦੇ? ਇੱਕ ਹੌਕਾ ਲੈਣ ਨਾਲ ਕਹਿੰਦੇ ਪਾਈਆ ਖੂਨ ਘਟਦਾ। ਤੁਸੀਂ ਕਦੀ ਨੋਟ ਕਰ ਲਿਓ, ਮੇਰੀ ਹੱਥ ਜੋੜ ਕੇ ਬੇਨਤੀ, ਕਿਸੇ ਨਾਲ ਬੈਠੋ, ਆਪਣਾ ਸਾਹ ਇਤਰਾਂ ਲਊਗਾ ਜੀ, ਕਿਉਂ ਬਹੁਤ ਤੰਗ ਆ, ਮਗਰ ਤੁਸੀਂ ਗੱਡੀ ਵੇਖੀ, ਬੰਦਾ ਨਹੀਂ ਵੇਖਿਆ, ਇਤਰਾਂ। ਕੋਈ ਧੀ ਤੋਂ ਦੁਖੀ, ਕੋਈ ਪੁੱਤ ਤੋਂ ਦੁਖੀ, ਕੋਈ ਸਰੀਰ ਤੋਂ ਦੁਖੀ, ਕੋਈ ਸਮਾਜ ਤੋਂ ਦੁਖੀ, ਦੁਖੀ ਸਾਰਾ ਹੀ ਆ। ਗੁਰੂ ਨੇ ਕਿਹਾ ਚਿੰਤਤ ਹੀ ਦਿਸੇ ਸਭ ਕੋਏ, ਬੋਲੋ ਭਲਾ, ਚਿੰਤਤ ਵੀ ਚਿੰਤਾ ਵਿੱਚ, ਅੰਤਰ ਚਿੰਤਾ ਨੈਣੀ ਸੁਖੀ, ਅੱਖਾਂ ਐਂ ਹੱਸ ਹੱਸ ਕੇ ਹਾਏ ਹਾਏ ਬਾਏ ਕਰਕੇ ਬੜਾ ਸੁਖੀ ਲੱਗਦਾ ਹੈ, ਮਗਰ ਇਸ ਤਰ੍ਹਾਂ ਦੇ ਜਿਹੜਾ ਆਪਣਾ ਸੁਭਾਅ ਬਣਾਇਆ ਇਹਦੇ 'ਚ ਮੂਲ ਨਾ ਉਤਰੇ ਦੁੱਖ, ਬੋਲੋ, ਦਿਖਾਵੇ ਨਾਲ ਦੁੱਖ ਨਹੀਂ ਉਤਰਨੇ ਹੈ। ਨਾਨਕ ਸੱਚੇ ਨਾਮ ਬਿਨ, ਬੋਲੋ, ਹਾਂ ਕਿਸੇ ਨਾ ਲੱਥੀ ਭੁੱਖ, ਕਿਸੇ ਨਾਮ ਤੋਂ ਬਿਨਾਂ ਕਿਸੇ ਦੀ ਵੀ ਕਦੀ ਇਹ ਭੁੱਖ ਵੀ ਮੈਂ ਵੀ ਕਦੀ ਸੁਖੀ ਹੋਵਾਂ, ਹਰ ਬੰਦਾ ਸੋਚਦਾ ਮੈਂ ਸੁਖੀ ਹੋਵਾਂ। ਚਿੰਤਤ ਹੀ ਦਿਸੇ ਸਭ ਕੋਏ ਚੇਤੇ ਏਕ, ਇੱਕ ਨੂੰ ਚੇਤੇ ਕਰ ਲੈਦੇ, ਚਿੰਤੇ ਚੇਤੇ ਏਕ ਤਹੀਂ ਸੁਖ ਹੋਏ, ਜਿਹੜਾ ਇੱਕ ਦਾ ਚੇਤਾ ਕਰ ਲਊਗਾ ਉਹਨੂੰ ਸੁੱਖ ਪ੍ਰਾਪਤ ਹੋਣਗੇ। ਵਾਹਿਗੁਰੂ 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 ਵਾਹਿਗੁਰੂ, ਜਿਉਂਦੇ ਰਹੋ, ਜੇ ਤਾਂ ਦਵਾਈ ਗੁਰੂ ਨਾਨਕ ਸਾਹਿਬ ਦੀ ਖਾਣੀ ਆ ਤੇ ਰੀਝ ਨਾ ਖਾਓ। ਗੁਰੂ ਵਾਹਿਗੁਰੂ 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 ਵਾਹਿਗੁਰੂ।
ਵਾਹਿਗੁਰੂ 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 ਜੀਂਦੇ ਰਹੋ ਜੀਂਦੇ ਰਹੋ ਜੀਂਦੇ ਰਹੋ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੱਕ ਵਾਰ ਮੈਂ ਤੁਹਾਨੂੰ ਸਾਰਿਆਂ ਨੂੰ ਖੁੱਲ੍ਹਾ ਸੱਦਾ ਦਿੰਦਾ ਵੀ ਰੀੜ੍ਹ ਦੀ ਹੱਡੀ ਸਿੱਧੀ ਕਰਕੇ ਜਿਹੜੇ ਜਿਹੜੇ ਕਰ ਸਕਦੇ ਜ਼ਰੂਰੀ ਨਹੀਂ, ਗੋਡਿਆਂ 'ਤੇ ਹੱਥ ਰੱਖੋ। ਮੇਰਾ ਬਾਬਾ ਤੁਹਾਨੂੰ ਕੋਈ ਆਵਾਜ਼ ਦੇਣ ਲੱਗਾ ਹੈ, ਮੇਰਾ ਸਹਿਬ ਪਾਤਸ਼ਾਹ ਤੁਹਾਨੂੰ ਕੋਈ ਆਵਾਜ਼ ਦੇਣ ਲੱਗਾ ਹੈ, ਗਾਈਏ। ਚਿੰਤਾ ਛੱਡ ਅਚਿੰਤ ਰੋ, ਚਿੰਤਾ ਛੱਡ ਅਚਿੰਤ ਰੋ, ਚਿੰਤਾ ਮੇਰਾ ਪਿਓ ਕਹਿ ਰਿਹਾ ਤੁਹਾਨੂੰ, ਚਿੰਤਾ ਛੱਡ ਅਚਿੰਤ ਰੋ, ਚਿੰਤਾ ਛੱਡ ਅਚਿੰਤ ਰੋ, ਚਿੰਤਾ ਨਾਨਕ ਲੱਗ ਪਾਈ, ਨਾਨਕ ਲੱਗ ਪਾਈ, ਨਾਨਕ ਇਹਦਾ ਅਰਥ ਕੀ ਬੋਲੋ, ਉਹਦੇ ਪੈਰੀਂ ਲੱਗ ਜਾ, ਉਹਦੇ ਚਰਨੀ ਲੱਗ ਜਾ, ਚਿੰਤਾ ਛੱਡ ਅਚਿੰਤ ਰਹੋ, ਨਾਨਕ ਲੱਗ ਪਾਈ, ਉਹਦੇ ਚਰਨੀ ਲੱਗ ਜਾ ਅਤੇ ਚਿੰਤਾ ਛੱਡ ਦੇ। ਮਹਾਰਾਜ ਕੰਮ ਬੜੇ ਅੜੇ ਨੇ, ਆਖੋ ਵਾਹਿਗੁਰੂ। ਚਿੰਤਾ ਮੈਨੂੰ ਇਸ ਗੱਲ ਦੀ ਵੀ ਮੇਰੇ ਬਹੁਤ ਸਾਰੇ ਮਸਲੇ ਅੜੇ ਨੇ, ਕਹਿੰਦਾ ਅਚਿੰਤ ਕੰਮ ਕਰੇ ਪ੍ਰਭ ਤਿਨਕੇ, ਤੈਨੂੰ ਚਿੰਤਾ ਵੀ ਨਹੀਂ ਹੋਊਗੀ, ਤੈਨੂੰ ਚੇਤਾ ਵੀ ਨਹੀਂ ਹੋਊਗਾ ਕੰਮ ਤੇਰਾ। ਗਗਨ ਕਿੱਧਰ ਵੇਖਣ ਡਈ, ਕਿੱਧਰ ਵੇਖਣ ਡਈ? ਨਾ ਮਨ ਜੀ ਦਾ ਪੁੱਤ ਮੰਨੇ ਕੀ ਗੱਤ ਕਹੀ ਨਾ ਜਾਏ। ਅਚਿੰਤ ਕੰਮ ਕਰੇ ਪ੍ਰਭ ਤਿਨਕੇ, ਜਿਨ ਹਰ ਕਾ ਨਾਮ ਪਿਆਰਾ, ਜਿਨ ਅਰਥ ਕੀ ਬਣਿਆ, ਜਿਨ੍ਹਾਂ ਨੂੰ ਨਾਮ ਪਿਆਰਾ ਲੱਗ ਜਾਏ ਨਾ ਅਚਿੰਤੀ ਹੋ ਜਾਂਦੇ, ਪਤਾ ਹੀ ਨਹੀਂ ਲੱਗਦਾ ਕੌਣ ਕਰ ਗਿਆ, ਕਰ ਤੇ ਆ ਵੀ ਜਾਂਦਾ ਹੈ। ਅੱਖ ਵਾਹਿਗੁਰੂ, ਅਚਾਨਕ ਇੱਕ ਮਿੰਟ ਵੀ ਨਹੀਂ ਲੱਗਦਾ, ਕਹਿੰਦੇ ਮੇਰਾ ਤਾਂ ਕੰਮ ਬੜੇ ਚਿਰ ਦਾ ਅੜਿਆ ਸੀ। ਇੱਧਰ ਪ੍ਰਭ ਕੈ ਸਿਮਰਨ ਕਾਰਜ ਪੂਰੇ ਕਰਕੇ ਵੇਖ ਲਓ, ਮੈਂ ਕਹਿ ਰਿਹਾ ਕਿ ਗੁਰੂ ਅਰਜਨ ਦੇਵ ਸਾਹਿਬ ਜੀ ਕਹਿ ਰਹੇ, ਅਤੇ ਭਰੋਸਾ ਰੱਖੋ ਨਾ ਗੁਰੂ ਅਰਜਨ ਦੇਵ ਸਾਹਿਬ 'ਤੇ। ਮੇਰੇ ਮਨ ਹਰ ਉੱਪਰ ਕੀਜੇ ਪ੍ਰਭਾਸਾ, ਮੇਰਿਆ ਮਨਾ ਜਿਹੜੀ ਪਰਮੇਸ਼ੁਰ ਦੀ ਬਾਣੀ ਇੱਥੇ ਪ੍ਰਭਾਸਾ ਕਰ। ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬੂ ਨਾ ਝੂਰੇ, ਕਦੀ ਝੱਜਾ ਝੂਰ ਨ ਮਿਟੇ ਤੁਮਾਰੋ, ਰਾਮ ਨਾਮ ਸੰਗ ਕਰ ਵਿਹਾਰੋ, ਵਿਹਾਰ ਕਿਹਦੇ ਨਾਲ ਕਰ, ਵਾਹਿਗੁਰੂ ਦੇ ਨਾਮ ਨਾਲ, ਤੇਰਾ ਸਾਰਾ ਝੂਰਨਾ ਮਿਟ ਜਾਏ। ਵਾਹਿਗੁਰੂ 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 ਵਾਹਿ ਵਾਹਿਗੁਰੂ ਵਾਹਿਗੁਰੂ ਵਾਹਿ ਜੁੜੋ ਜੁੜੋ।
ਅੰਦਰ ਨੂੰ ਚੁੱਪ ਕਰਾ ਕੇ, ਅੰਦਰ ਨੂੰ ਚੁੱਪ ਕਰਾ ਕੇ ਜਪੋ, ਵੇਖੋ ਆਨੰਦ ਆਉਂਦਾ। ਤਗੜੇ ਹੋ, ਤਗੜੇ ਹੋ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਾਧ ਸਾਧ ਸਿਮਰੋ ਗੋਬਿੰਦ, ਮਨ ਅੰਤਰ ਕੀ ਆਸ ਅਨਿੱਤ। ਅਨਿੱਤ ਮੀਨਜ ਨਹੀਂ, ਅਨਿੱਤ ਅਨਿੱਤ ਅਧੇ ਦੇਹ ਅਨਿੱਤ ਨਾ ਨਿੱਤ ਰਹੇ, ਅਤੇ ਦੇਹ ਦੀਆਂ ਜਿਹੜੀਆਂ ਆਸਾਂ ਨੇ ਇਹਨਾਂ ਨੂੰ ਛੱਡ। ਅਨਿੱਤ ਮੈਨੇ ਦੇਹ ਜਿਹੜੀ ਨਿੱਤ ਨਹੀਂ ਰਹਿਣੀ, ਪਤਾ ਲੱਗਾ ਪੁੱਤ ਨਹੀਂ ਅਜੇ, ਹੋਰ ਕਿੱਲਾ ਕੱਢ ਲਓ। ਦੇਹ ਜਾਪ ਸਾਹਿਬ ਪੜ੍ਹਦੇ ਹੋ, ਅਨਿੱਤ ਹੈ ਸੁਨਿੱਤ ਹੈ। ਜਦੋਂ ਦੇਹ ਹੈ ਉਹਦਾ ਤੂੰ ਨਾ ਨਿੱਤ ਰਹਿਣ ਵਾਲੀ ਹੈ, ਜਦੋਂ ਤੂੰ ਸ਼ਬਦ ਹੈ ਸੋ ਨਿੱਤ ਹੈ ਤੂੰ ਸਤ। ਵੇਖੋ ਇੱਕ ਇੱਕ ਸ਼ਬਦ 'ਚੋਂ ਤੁਸੀਂ ਅੰਮ੍ਰਿਤ ਪੀ ਸਕਦੇ ਹੋ, ਮਗਰ ਅਸੀਂ ਨੇਮ ਬਣਾਇਆ, 11 ਪਾਠ ਕਰਨੇ, 12 ਪਾਠ ਕਰਨੇ। ਅੱਜ ਇਹਨਾਂ ਦੇ ਨਾਲ ਦੱਸ ਨੇ ਬੈਂਕ ਵਿੱਚ ਸੁਖਮਨੀ ਸਾਹਿਬ ਪੜ੍ਹਿਆ, ਉਹ ਤਾਂ ਇੱਕ ਹੀ ਬਹੁਤ ਆ। ਫਿਰ ਬਿਰਖ ਕੀ ਛਾਇਆ ਸਿਉਂ ਰੰਗ ਲਾਵੇ, ਉਹ ਬਿਨ ਸਹਿ ਜੋ ਦੀ ਸਹਿ ਲਪਟ ਰਹੋ ਤੈਂ ਅੰਧ ਅੰਧਿਆਰ, ਬਟਾਊ ਸਿਉਂ ਜੋ ਤਾਂ ਕੋ ਹੱਥ ਨਾ ਆਵੇ। ਫਿਰ ਪਿੱਛੇ ਜਾ ਕੇ ਮੇਰਾ ਬਾਬਾ ਕਹੂਗਾ, ਛੱਡਦੇ ਬਿਰਖ ਦੀ ਸ਼ਾਨ ਨਾਲ ਪਿਆਰ, ਛੱਡਦੇ ਬਟਾਊ ਹੁੰਦਾ ਰਾਹ 'ਚ ਮਿਲੇ। ਇਹ ਪੁੱਤ ਤੈਨੂੰ ਧੁਰੋਂ ਲੈ ਕੇ ਆਇਆ ਕਿ ਰਾਹ 'ਚ ਮਿਲੇ ਨੇ? ਉੱਚੀ ਬੋਲੋ, ਬਟਾਊ ਬਾਟ 'ਤੇ ਮਿਲੇ, ਬਾਟ ਰਸਤਾ। ਬਟਾਊ ਸਿਉਂ ਜੋ ਜਿਹੜਾ ਰਸਤੇ ਵਿੱਚ ਮਿਲੀਆਂ ਚੀਜ਼ਾਂ ਨੇ, ਜੋ ਲਾਵੇ ਨੇ ਜੋ ਲਾਵੇ ਤਾਂ ਕਿ ਹੱਥ ਨਾ ਆਵੇ। ਫਿਰ ਕਿਹਦੇ ਨਾਲ ਪ੍ਰੀਤੀ ਪਾਈਏ? ਕਹਿੰਦੇ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ। ਲਿਖਿਆ ਤੂੰ ਇਹਨਾਂ ਨਾਲੋਂ ਪ੍ਰੀਤੀ ਛੱਡ ਕੇ ਹਰੀ ਦੇ ਨਾਮ ਨਾਲ ਪਾ। ਮਨ ਅੰਤਰ ਕੀ ਉਤਰੇ ਚਿੰਦ ਆਸ ਅਨਿੱਤ। ਅੱਜ ਤੋਂ ਤੁਹਾਨੂੰ ਕੋਈ ਨਿੱਤ ਦਾ ਅਰਥ ਪੁੱਛੇ ਤਾਂ ਕੀ ਕਹੋਗੇ? ਨਾ ਨਿੱਤ ਰਹਿਣ ਵਾਲੀ ਦੇ, ਇਹਦੀਆਂ ਜਿਹੜੀਆਂ ਆਸਾਂ ਨੇ, ਮੈਨੂੰ ਵੱਡਾ ਘਰ ਚਾਹੀਦਾ, ਮੈਨੂੰ ਵੱਡੀ ਗੱਡੀ ਚਾਹੀਦੀ, ਮੈਨੂੰ ਵੱਡੇ ਕਾਰੋਬਾਰ ਚ, ਇਹ ਦੇਹ ਦੇ ਨਾਲ ਰਿਲੇਟਡ ਸਾਰੀਆਂ ਨੇ ਆਸਾਂ ਜਿੰਨੀਆਂ, ਇਹਨੂੰ ਛੱਡ ਦੇ। ਆਸ ਅਨਿੱਤ ਤਿਆਗੋ ਤਰੰਗ, ਸਾਧ ਜਨਾ ਕੀ ਧੂੜ ਮਨ ਮੰਗ, ਜਨ ਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰਾ। ਇਹ ਆਸਾਂ ਛੱਡ ਦੇ, ਉਹ ਅਸਲੀ ਆਸ ਦੇ। ਸਭੇ ਆਸਾਂ ਲਾਇਕ ਹੈ, ਬੋਲੋ ਹਾਂ ਖੁੱਲ ਕੇ, ਸਭੇ ਆਸਾਂ। ਇੱਕੋ ਆਸ ਕਮਾਓ, ਇੱਕੋ ਆਪਣਾ ਨਾਮ ਜਪਾਵੋ, ਆਪਣਾ ਨਾਮ ਜਪਾਵੋ, ਆਪਣਾ ਨਾਮ। ਆਈ ਆਸ ਦਿਓ ਆਪਣਾ ਨਾਮ, ਦਿਓ ਆਪਣਾ ਨਾਮ, ਦਿਓ ਆਪਣਾ ਨਾਮ।
ਥੋੜ੍ਹਾ ਜਿਹਾ ਧਿਆਨ ਦਿਓ, ਇਹਦੀਆਂ ਆਸਾਂ ਨਾ ਮੰਗਣ ਆਇਓ, ਪਤਾ ਲੱਗਾ? ਇਹਦੀਆਂ ਇਹਦੀ ਮੰਗਣ ਆਇਓ, ਕੋਈ ਪੜ੍ਹਿਆ ਜੇ, ਫੜਿਆ ਜੇ ਕੁਝ? ਇਹਦੀਆਂ ਇਹਨੇ ਵੀ ਇੱਥੇ ਰਹਿਣਾ ਹੈ, ਅਤੇ ਜੇ ਇਹਦੀਆਂ ਸਾਰੀਆਂ ਇੱਛਾ ਪੂਰੀਆਂ ਹੋ ਗਈਆਂ ਤਾਂ ਉਹ ਵੀ ਹਰ ਧਨ ਬੋਲੋ ਜੀਏ ਸੇਤੀ ਰਵ ਰਿਹਾ। ਇੱਕ ਪਰਮੇਸ਼ੁਰ ਦਾ ਨਾਮ ਹੀ ਤਾਂ ਹੈ ਜਿਹੜਾ ਸਰੀਰ ਦੀ ਜੇਬ 'ਚ ਨਹੀਂ ਪੈਂਦਾ, ਸੁਰਤ 'ਚ ਪੈਂਦਾ ਆ। ਪਕੜ ਰਹੇ ਹੋ? ਨਹੀਂ, ਫਿਰ ਦੱਸਾਂ, ਹਰ ਧਨ ਜਿਹੜਾ ਪਰਮੇਸ਼ੁਰ ਦੇ ਨਾਮ ਦਾ ਧਨ ਤੈਨੂੰ ਇੱਥੋਂ ਮਿਲੂਗਾ, ਜਿਹੜਾ ਤੂੰ ਕਿਹਾ ਆਪਣਾ ਨਾਮ 'ਚ ਪਾਓ। ਇਹ ਤੇਰੀ ਜੇਬ ਆਹ ਕੱਪੜੇ ਵਾਲੀ 'ਚ ਨਹੀਂ ਪੈਣਾ, ਤੇਰੇ ਹੱਥ ਦੀ ਮੁੱਠੀ 'ਚ ਪੈਸੇ ਨਹੀਂ ਆਉਣੇ, ਇਹ ਪੈਸੇ ਆਉਣੇ ਤੇਰੀ ਸੁਰਤ ਵਿੱਚ, ਅਤੇ ਸੁਰਤ ਤੇਰੇ ਨਾਲ ਜਾਣੀ। ਆਖੋ ਵਾਹਿਗੁਰੂ। ਦੇਹ ਛੁੱਟ ਜਾਣੀ, ਮਨ ਛੁੱਟ ਜਾਣਾ ਹੈ, ਤਨ ਛੁੱਟ ਜਾਣਾ ਹੈ, ਧੀਆਂ ਪੁੱਤਰ ਸਭ ਕੁਛ ਛੁੱਟ ਜਾਣਾ ਹੈ, ਇੱਕ ਚੀਜ਼ ਨਾਲ ਜਾਣੀ, ਸੁਰਤ। ਤਾਂ ਕਿਹਾ ਸੁਰਤ ਸੋਚ ਕਰ ਭਾਂਡ ਸਾਲ, ਤਿਸ ਵਿੱਚ ਤਿਸ ਨੂੰ ਰੱਖ। ਸੁਰਤ ਨੂੰ ਪਵਿੱਤਰ ਕਰਕੇ ਇਹਦੇ ਵਿੱਚ ਸ਼ਬਦ ਨੂੰ ਰੱਖ। ਸੱਚਮੁੱਚ ਇਹ ਪੈਸਾ ਹਰ ਤਨ ਜੀਏ ਸੇਤੀ ਜਾਏ, ਜੀਏ ਇਹਦੀਆਂ ਆਸਾਂ ਨਾ ਮੰਗਿਆ ਕਰ, ਇਹਦੀ ਆਸ ਮੰਗਿਆ ਕਰ ਜਿਹੜੀ ਫਰੀਦ ਨੇ ਮੰਗੀ। ਤੇਰੀ ਪਨਾਹ ਖੁਦਾਏ ਤੂੰ ਬਖਸ਼ੰਦਗੀ, ਸ਼ੇਖ ਫਰੀਦੇ ਖੈਰ। ਉਹਨੇ ਨਹੀਂ ਗੱਡੀਆਂ ਮੰਗੀਆਂ, ਪਤਾ ਲੱਗਾ ਜੀ? ਕਮਾਲ ਦੀ ਗੱਲ ਆ, ਬਾਬੇ ਕਬੀਰ ਜੀ ਨੇ, ਗੁਰੂ ਅਰਜਨ ਦੇਵ ਸਾਹਿਬ ਜੀ ਨੇ ਕਮਾਲ ਦੇ ਵਚਨ, ਖੂਬ 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 ਤੇਰੋ ਨਾਮ, ਖੂਬ ਮੈਨੇ ਚੰਗਾ, ਖੂਬ ਮੈਨੇ ਬੋਲੋ ਚੰਗਾ ਏ, ਚੰਗਾ ਏ, ਚੰਗਾ ਏ, ਪੰਜ ਵਾਰ ਚੰਗਾ ਏ ਬੋਲੋ ਭਲਾ, ਚੰਗਾ ਏ, ਚੰਗਾ ਏ, ਚੰਗਾ ਏ, ਚੰਗਾ ਏ, ਚੰਗਾ ਕੀ ਤੇਰੋ ਨਾਮ। ਝੂਠ ਚਾਰ ਵਾਰ, ਪੰਜ ਵਾਰ ਨਹੀਂ ਇਹਨੂੰ ਕਿਹਾ, ਇਹਨੂੰ ਘਟਾਇਆ। ਝੂਠ 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 ਦੁਨੀ ਗੁਮਾਨ, ਦੁਨੀ ਜਿਹੜਾ ਦੁਨੀਆ ਦਾ ਹੰਕਾਰ ਹੈ ਇਹ, ਅਤੇ ਜਿਹੜਾ ਪਰਮੇਸ਼ੁਰ ਦਾ ਨਾਮ ਹੈ ਉਹ ਖੂਬ ਹੈ, ਖੂਬ ਹੈ, ਖੂਬ 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 ਮੈਨੇ ਚੰਗਾ, ਖੂਬ ਤੇਰੀ ਪਗੜੀ ਨਹੀਂ ਜੀ ਕੋਈ ਲਿਖਿਆ, ਚੰਗਾ। ਫੜ ਬਾਬੇ ਨਾਨਕ ਦੇ ਪੁੱਤਰਾ ਆਪਣੇ ਵੱਡਿਆਂ ਕੋਲੋਂ ਮੰਗਣਾ ਸਿੱਖ ਲਾ, ਆਖੋ ਵਾਹਿਗੁਰੂ। ਆਪਣੇ ਵੱਡਿਆਂ ਕੋਲੋਂ ਨਹੀਂ, ਇੱਥੇ ਨਹੀਂ ਸਰ, ਵੱਡੇ ਕੌਣ? ਬਾਬਾ ਕਬੀਰ ਸਾਹਿਬ, ਜਿਹੜੀ ਤੁਸੀਂ ਰੱਟ ਲਈ ਨਾ, ਵੱਡੇ ਮਹਾਂਪੁਰਸ਼, ਵੱਡੇ ਮਹਾਂਪੁਰਸ਼। ਜੇ ਵੱਡੇ ਮਹਾਂਪੁਰਸ਼ ਕਹਿਣਾ ਤਾਂ ਬਾਬੇ ਕਬੀਰ ਨੂੰ ਕਹੋ, ਕਿਉਂ? ਇੱਕ ਨਿਸ਼ਾਨੀ ਹੈ ਜਿਹੜੀ ਤੁਸੀਂ ਤਾਂ ਮੈਂ ਵਿਚਾਰੀ ਨਹੀਂ। ਇਹ ਬਾਣੀ ਮਹਾਂਪੁਰਖ ਕੀ, ਪਤਾ ਲੱਗਾ? ਕੁਛ ਨਹੀਂ ਹਾਲੀ ਨਹੀਂ ਤੁਹਾਨੂੰ ਜੀ, ਇਹ ਬਾਣੀ। ਅਤੇ ਫਿਰ ਮਹਾਂਪੁਰਖ ਉਹ ਨੇ ਨਾ ਜਿਨ੍ਹਾਂ ਦੀ ਬਾਣੀ ਦਰਜ ਆ, ਮੈਂ ਤਾਂ ਨਹੀਂ ਕਹਿ ਰਿਹਾ, ਗੁਰਬਾਣੀ ਕਹਿ ਰਹੀ। ਬੋਲੋ ਜੀ ਇੱਕ ਵਾਰ ਗੁਰੂ ਕੇ ਸਿੱਖੋ, ਮਹਾਂਪੁਰਖ ਫਿਰ ਕੌਣ ਨੇ? ਉੱਤੇ ਲਿਖਿਆ ਵੀ ਇਹ ਬਾਣੀ ਮਹਾਂਪੁਰਖ ਕੀ, ਇੱਧਰ ਅਤੇ ਇਹ ਬਾਣੀ ਪੜ੍ਹਨ ਨਾਲ ਨਿੱਜ ਘਰ ਵਾਸਾ ਹੋਏ, ਨਿੱਜ ਘਰ। ਪਕੜ ਰਹੇ ਹੋ ਕਿ ਨਹੀਂ ਜੀ? ਹੱਥ ਜੋੜੇ ਵੇਖੋ, ਕਟਾਕਸ਼ ਨਾ ਸਮਝਣਾ। ਸਾਡੇ ਅੱਜ ਕੱਲ੍ਹ ਬੜੀ ਇੱਕ ਭਿੰਬਰੀ ਪਾਈ ਆ, ਹਰ ਗੱਲ ਨੂੰ ਸੁਣਦੇ ਰਹਿਣਾ, ਬਾਹਰ ਜਾ ਕੇ ਆਖਣਾ ਆਹ ਕਿਤਨਾ ਕਹੀ, ਇੱਥੇ ਸਿੱਧ ਕਰ ਲਓ ਜੋ ਕਰਨਾ ਹੈ, ਇੱਥੇ ਹੀ ਚੰਗੀ ਤਰ੍ਹਾਂ ਸ਼ੁੱਧ ਕਰ ਲਓ ਉਸ ਗੱਲ ਨੂੰ। ਮਹਾਂਪੁਰਖ ਉਹ ਜਿਹਦੇ ਮੂੰਹ ਦੇ ਵਿੱਚੋਂ ਉਤਰੋ ਉਚਰੋ ਸਾਰੇ, ਜਿਹਦੇ ਰਾਹੀਂ ਬਾਣੀ ਆਈ ਅਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੋ ਕੇ ਗੁਰੂ ਬਣ ਗਈ।
ਉਹ ਹੈ ਮਹਾਂਪੁਰਖ। ਪਤਾ ਨਹੀਂ ਅਸੀਂ ਕਿਹੜੇ ਮੂੰਹ ਨਾਲ ਕਥਾ ਕਰਨ ਵਾਲੇ ਨੂੰ ਵੀ ਮਹਾਂਪੁਰਖ ਕਹਿੰਦੇ ਹਾਂ, ਆਖੋ ਵਾਹਿਗੁਰੂ, ਮਾਲਾ ਫੇਰਨ ਵਾਲੇ ਨੂੰ ਵੀ। ਗੁਰੂ ਗ੍ਰੰਥ ਸਾਹਿਬ ਨੇ ਇਹ ਦਰਜ ਕੀਤਾ ਵਾ ਇਹ ਬਾਣੀ ਮਹਾਂਪੁਰਖ ਕੀ, ਮਹਾਂਪੁਰਖਨ ਇਉਂ ਕਿਹਾ, ਬੋਲੋ ਮਹਾਂਪੁਰਖਨ ਇਉਂ ਮਣੇ ਇਸ ਤਰ੍ਹਾਂ ਕਿਹਾ ਵੀ ਬਿਨ ਹਰ ਭਜਨ ਨਹੀਂ ਨਿਸਤਾਰਾ, ਸੁਖ ਨਾ ਕਮਹੂੰ ਲਿਆ। ਮਹਾਂਪੁਰਖਾਂ ਨੇ ਇਹ ਕਿਹਾ, ਜਿਹੜੇ ਮਹਾਂਪੁਰਖ ਨੇ ਕਬੀਰ ਸਾਹਿਬ, ਫਰੀਦ ਸਾਹਿਬ, ਰਵਿਦਾਸ ਸਾਹਿਬ, ਨਾਮਦੇਵ ਸਾਹਿਬ, ਇਹਨਾਂ ਨੇ ਕੀ ਕਿਹਾ ਵੀ ਭਜਨ ਤੋਂ ਬਿਨਾਂ ਨਿਸਤਾਰਾ ਨਹੀਂ ਹੋਣਾ। ਅੱਜ ਤੱਕ ਕੋਈ ਸ੍ਰਿਸ਼ਟੀ 'ਤੇ ਇਹੋ ਜਿਹਾ ਬੰਦਾ ਨਹੀਂ ਗਾ ਜਿਹਨੇ ਭਗਤੀ ਤੋਂ ਬਿਨਾਂ ਸੁੱਖ ਪ੍ਰਾਪਤ ਕੀਤਾ ਹੋਵੇ। ਜਿਹਨੂੰ ਸੁੱਖ ਮਿਲਿਆ ਕਿਹਨੂੰ ਮਿਲਿਆ? ਪ੍ਰਭ ਕਹਿ ਸਿਮਰਨ ਗਰਭ ਨਾ ਵਸੈ, ਪ੍ਰਭ ਕਹਿ ਸਿਮਰਨ ਦੁੱਖ, ਪ੍ਰਭ ਕਹਿ ਸਿਮਰਨ ਕਾਲ ਪਰ ਹਰੈ, ਪ੍ਰਭ ਕਹਿ ਸਿਮਰਨ ਦੁਸ਼ਮਣ, ਪ੍ਰਭ ਸਿਮਰਤ ਕਿਸ਼, ਪ੍ਰਭ ਕਹਿ ਸਿਮਰਨ, ਪ੍ਰਭ ਕਹਿ। ਇਹ ਮਹਾਂਪੁਰਖ ਨੇ, ਇਹ ਮਹਾਂਪੁਰਖ ਨੇ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਕਹਿੰਦੇ ਪ੍ਰਭ ਸਿਮਰਤ ਕਿਸ਼, ਪ੍ਰਭ ਕਹਿ ਸਿਮਰਨ ਭਉ, ਪ੍ਰਭ ਕਹਿ ਸਿਮਰਨ ਦੁੱਖ। ਕੋਈ ਦੁੱਖ ਸੰਤਾਪ ਲੱਗਦਾ ਹੀ ਨਹੀਂ, ਕੇਵਲ ਭਗਤੀ, ਕੇਵਲ ਭਗਤੀ। ਹਰ ਧਨ ਕੇ ਭਰ ਲਿਓ ਭੰਡਾਰ, ਨਾਨਕ ਗੁਰਪੂਰੇ। ਇਹ ਪੂਰਾ ਗੁਰੂ ਹੈ, ਪੂਰੇ ਗੁਰ ਕਾ ਸੁਣ, ਇਹ ਪੂਰੇ ਗੁਰੂ ਦੀ ਨਿਸ਼ਾਨੀ ਹੈ। ਭਗਤੀ ਤੋਂ ਬਿਨਾਂ ਕੁਛ ਵੀ ਨਹੀਂ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਕੁਛ ਨਹੀਂ ਕਿਹਾ ਤੂੰ ਉੱਥੇ ਜੰਗਲਾਂ ਨੂੰ ਭਾਜਾ, ਦਾਨ ਕਰ, ਪੁੰਨ ਕਰ, ਆਹ ਕੁਝ ਕਰ, ਇਹ ਚੰਗੇ ਕੰਮ ਨੇ। ਦਾਨ ਕਰਨਾ, ਪੁੰਨ ਕਰਨਾ, ਮੈਂ ਕੀ ਕਿਹਾ? ਚੰਗੇ ਕੰਮ ਨੇ, ਮਗਰ ਰੱਬ ਦਾ ਮਿਲਾਵਾ ਨਹੀਂ ਹੋ ਸਕਦਾ। ਰੱਬ ਦਾ ਮਿਲਾਵਾ ਇੱਕੋ ਹੀ ਹੈ, ਸੁਣ ਸੁਣ ਮੇਰੀ ਕਾਮਣੀ, ਬਾਣੀ ਨੂੰ ਸੁਣਨਾ, ਬਾਣੀ ਨੂੰ ਵਿਚਾਰਨਾ, ਅਤੇ ਫਿਰ ਵਿਚਾਰ ਕੇ ਆਪਣੀ ਜ਼ਿੰਦਗੀ 'ਚ ਲਿਆਉਣਾ। ਮੈਨੂੰ ਗੁਰੂ ਕੀ ਕਹਿੰਦਾ, ਪਰਤਰਿਆ ਰੂਪ ਨਾ ਵੇਖੇ, ਇਸ ਗੱਲ ਤੋਂ ਬਚਣਾ, ਕਰਨ ਨਾ ਸੁਣੇ ਕਾਹੂ ਕੀ, ਇਸ ਗੱਲ ਤੋਂ ਫਿਰ। ਇਹ ਹੈ ਪੂਰੇ ਗੁਰੂ ਦਾ ਉਪਦੇਸ਼। ਅੱਜ ਵਾਲੇ ਬਚਨਾ ਉਹ ਵਿਚਾਰੀਏ, ਆਖੋ ਵਾਹਿਗੁਰੂ। ਇੱਕ ਵਾਰ ਗਾਓ, ਮੇਰੇ ਨਾਲ। ਸਭ ਸੁੱਖ ਦਾਤਾ ਰਾਮ ਹੈ, ਸਭ ਸੁੱਖ ਦਾਤਾ ਰਾਮ ਹੈ, ਸਭ ਸਭ ਸੁੱਖ ਦਾਤਾ ਰਾਮ ਹੈ, ਸਭ ਸੁੱਖ ਦਾਤਾ ਰਾਮ ਹੈ, ਸਭ ਇੰਨੀ ਗੱਲ ਕਰਕੇ ਭੁਲੇਖਾ ਨਹੀਂ ਰੱਖਿਆ। ਦੂਸਰ ਨਾਹੀਂ ਕੋਏ, ਦੂਸਰ ਨਾਹਨ ਕੋਏ, ਗਾਹ ਤਾਂ ਬੜਾ ਲਿਆ। ਇਸ ਗੱਲ 'ਤੇ ਪੱਕੇ ਹੋ ਜਾਵਾਂਗੇ। ਇੱਕ ਮਿੰਟ ਰਹਿ ਗਿਆ, ਚੌਂਕੜਾ ਮਾਰ ਲਓ। ਅੱਛਾ, ਦੂਸਰ ਨਾਹਿਨ ਮਤਲਬ ਵੀ ਸੁੱਖਾਂ ਦਾ ਦਾਤਾ ਰੱਬ ਤੋਂ ਬਿਨਾਂ। ਸੁਣ ਤਾਂ ਲਿਆ, ਜੇ ਸਾਂਭ ਲਓਗੇ, ਸਾਂਭ ਲਓਗੇ ਇਸ ਗੱਲ ਨੂੰ। ਔਖਾ ਹੈ, ਔਖਾ ਹੈ। ਇੱਥੇ ਕੈਲਗਰੀ ਦੀ ਮੈਨੂੰ ਇੱਕ ਕਹਾਣੀ ਹੈ, ਮੈਂ ਬਹੁਤ ਸਾਲ ਪਹਿਲਾਂ ਮਾਲਟਨ ਕਥਾ ਕੀਤੀ। ਆਖੋ ਵਾਹਿਗੁਰੂ, ਗੱਜ ਕੇ ਬੋਲੋ ਨਾ। ਤੁਹਾਡੇ 'ਚੋਂ ਕਿਸੇ ਬਜ਼ੁਰਗ ਨੂੰ ਪਤਾ ਹੋਣਾ, ਬਹੁਤ ਸਮਾਂ ਪਹਿਲੀ ਕੀਤੀ। ਫਿਰ ਤਾਂ ਉਹਨਾਂ ਮੈਨੂੰ ਲਾਇਆ ਹੀ ਨਹੀਂ, ਕਿਉਂਕਿ ਸਭ ਸੰਪਰਦਾਇ ਲੋਕ ਨੇ। ਇੱਕ ਬੱਚੀ ਨੇ ਇੱਥੋਂ ਦੀ ਨੇ ਕਥਾ ਸੁਣੀ। ਆਖੋ ਵਾਹਿਗੁਰੂ,
ਜ਼ਿੰਦਗੀ ਬਦਲ ਗਈ। ਇੱਕ ਦਿਨ ਕਿਤੇ ਸ਼ਬਦ ਦਾ ਤੀਰ ਵੱਜਾ, ਮੇਰਾ ਨਹੀਂ ਸ਼ਬਦ ਦਾ, ਜ਼ਿੰਦਗੀ ਬਦਲ। ਲਾਗੇ ਗੁਆਂਢੀਆਂ ਦੇ ਘਰ ਕੋਈ ਬਾਬਾ ਆਇਆ ਸੀ, ਆਖੋ ਵਾਹਿਗੁਰੂ। ਉਹਨਾਂ ਨੇ ਆਖਿਆ, ਭੈਣ ਜੀ ਸਾਡੇ ਘਰ ਆਇਓ, ਸਾਡੇ ਘਰ ਮਹਾਂਪੁਰਸ਼ ਸੁਣ ਰਹੇ ਹੋ, ਸਾਡੇ ਘਰ ਮਹਾਂਪੁਰਸ਼ ਆਏ। ਉਹ ਕੁੜੀ ਜਿਹਨੇ ਇੱਕ ਦਿਨ ਸ਼ਬਦ ਸੁਣਿਆ ਸੀ, ਮੇਰੇ ਮਨ ਪ੍ਰੇਮ ਲੱਗੋ ਹਰ ਤੀਰ, ਪ੍ਰੇਮ ਦਾ ਤੀਰ ਵੱਜਾ ਸੀ, ਕਹਿੰਦੀ ਭੈਣ ਜੀ ਆਵਾਂਗੇ ਜ਼ਰੂਰ, ਮਗਰ ਦੱਸੋ ਵੀ ਕੀਰਤਨ ਕਰਦੇ ਕਿ ਕਥਾ ਕਰਦੇ ਜਿਹੜੇ ਮਹਾਂਪੁਰਸ਼ ਤੁਹਾਡੇ ਘਰ ਹੋਏ। ਉਹਨੇ ਕਿਹਾ ਸ਼ਬਦ ਦਿੰਦੇ ਕੀ? ਕਹਿੰਦੀ ਨਾ, ਇਹ ਮਨਜੀਤ ਹੁਣ ਉੱਥੇ ਨਹੀਂ ਜਾਊਗੀ ਜਿੱਥੇ ਕੋਈ ਸ਼ਬਦ ਸੁਣਾਉਣ ਵਾਲਾ ਨਹੀਂ ਆਊਗਾ। ਰੱਬ ਸੋਨੇ ਦਾ ਬਣ ਕੇ ਆ ਜਾਏ ਨਾ ਵੀ ਮੈਂ ਰੱਬ ਹਾਂ, ਉਹ ਵੀ ਕਵੇ ਵੀ ਉੱਥੇ ਸ਼ਬਦ ਦੀ ਗੱਲ ਨਹੀਂ ਚੱਲਣੀ। ਮਨਜੀਤ ਕੌਰ ਹੁਣ ਉਸ ਘਰ 'ਚ ਨਹੀਂ ਜਾਊਗੀ ਜਿੱਥੇ ਕੋਈ ਸ਼ਬਦ ਸੁਣਾਉਣ ਵਾਲਾ ਨਹੀਂ ਆਉਂਦਾ। ਫੜੋ ਹਾਂ ਭਲਾ, ਅੱਜ ਇਸ ਗੱਲ ਨੂੰ ਫੜ ਲਓ ਮੇਰੀਆਂ ਬੱਚੀਆਂ, ਵੀ ਸਾਡੀ ਸਾਂਝ ਕਾਹਦੀ? ਸ਼ਬਦ ਦੀ। ਬੋਲੋ, ਸ਼ਬਦ ਤੋਂ ਇਲਾਵਾ ਦੇਹ ਭਾਵੇਂ ਸੋਨੇ ਦੀ ਬਣ ਕੇ ਆ ਕੇ ਇਹ ਵੀ ਆਣ ਕੇ ਆਖੇ ਮੈਂ ਰੱਬ ਹਾਂ, ਮੈਂ ਨਹੀਂ ਜਾਂਦਾ, ਮੇਰੇ ਲਈ ਤਾਂ ਰੱਬ ਸ਼ਬਦ ਆ। ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੈਂ, ਸੋ ਭਾਈ ਸੋ ਮੇਰਾ ਵੀਰ। ਉਹੀ ਮੇਰਾ ਭਰਾ ਹੈ, ਉਹੀ ਮੇਰਾ ਵੀਰ ਆ ਜਿਹਨਾਂ ਮੈਨੂੰ ਸ਼ਬਦ ਦੀ ਜਾਂ ਤਾਂ ਕਥਾ ਸੁਣਾਵੇ ਅਤੇ ਜਾਂ ਸ਼ਬਦ ਦਾ ਕੀਰਤਨ ਸੁਣਾਵੇ। ਮਨਜੀਤ ਕੌਰ ਨਹੀਂ ਹੁਣ ਜਾ ਸਕਦੀ ਕਿਤੇ, ਆਖੋ ਵਾਹਿਗੁਰੂ। ਇੱਥੇ ਵੀ ਮੇਰੇ ਸਤਿਗੁਰ ਪਾਤਸ਼ਾਹ ਜੀ ਅੱਜ ਕਹਿੰਦੇ, ਸਿੱਖਾ ਦ੍ਰਿੜ ਕਰ ਮਨ ਵਿੱਚ, ਸਭ ਸੁੱਖ ਦਾਤਾ ਦੂਸਰ ਪੱਕਾ ਕਰ ਲਓ, ਕਿੱਲਾ ਗੱਡ ਲਓ ਆਪਣੇ ਅੰਦਰ। ਰੱਬ ਤੋਂ ਬਿਨਾਂ ਸੁੱਖ ਕੋਈ ਨਹੀਂ ਦਿੰਦਾ, ਸੁੱਖਾਂ ਦਾ ਦਾਤਾ ਸਭ ਸੁੱਖ ਦਾਤਾ, ਬੜਾ ਸੌਖਾ ਹੀ ਆ, ਪੜ੍ਹ ਲਓ ਅਤੇ ਮੰਨ ਲਓ ਸਭ ਸੁੱਖ ਦਾਤਾ। ਅੱਗੇ ਇਹਦਾ ਮਤਲਬ ਵੀ ਦੂਸਰਾ ਇੱਕ ਰੱਬ ਤੋਂ ਬਿਨਾਂ, ਉਹ ਤਾਂ ਹੀ ਕਹਿੰਦਾ ਸੀ ਸਭਨਾ ਜੀਆਂ ਕਾ, ਉਹ ਤਾਂ ਹੀ ਕਹਿੰਦਾ ਹੈ ਇੱਕੋ ਹੈ ਭਾਈ ਇੱਕੋ ਹੈ ਸਾਹਿਬ ਮੇਰਾ, ਆਪੇ ਲੇਵੇ ਆਪੇ ਦੇਵੇ ਆਪੇ ਲੇਵੇ ਆਪੇ, ਦੇਣ ਵਾਲਾ ਵੀ ਆਪ ਹੈ ਅਤੇ ਖੋਣ ਵਾਲਾ ਵੀ ਉਹ, ਫਿਰ ਦੂਸਰਾ ਕੋਈ ਨਹੀਂ। ਕਹੋ ਨਾਨਕ ਸੁਣ ਰੇ ਮਨਾ, ਮੇਰਿਆ ਮਨਾ ਸੁਣ, ਉਹ ਜਿਹੜਾ ਇੱਕ ਹੈ ਨਾ ਤੇ ਸਿਮਰਤ ਗਤ ਹੋਏ, ਉਹਦਾ ਸਿਮਰਨ ਕਰ ਤੇਰਾ ਭਲਾ ਹੋਵੇ। ਵਾਹਿਗੁਰੂ ਵਾਹਿ ਵਾਹਿਗੁਰੂ 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 ਵਾਹਿਗੁਰੂ। ਆਖੋ ਸਤਨਾਮ ਸ੍ਰੀ ਵਾਹਿ। ਅੱਗੇ ਜਾ ਕੇ ਦੂਸਰਾ ਸਲੋਕ ਅੱਜ ਇਹ ਹੈ ਵੀ ਜਿਹੇ ਸਿਮਰਤ ਗਤ ਪਾਈਏ, ਜਿਹਦਾ ਸਿਮਰਨ ਕਰਨ ਨਾਲ ਮੇਰਾ ਭਲਾ ਹੋ ਜਾਏ, ਇਹਦਾ ਇਹ ਅਰਥ ਆ ਜਿਹੇ ਸਿਮਰਤ। ਅਤੇ ਅੱਗੇ ਫਿਰ ਨਾਵਾਂ ਪਾਤਸ਼ਾਹ ਕਹਿੰਦਾ ਤਿਹੇ, ਤਿਹੇ ਮਾਣੇ ਤਿਸ ਨੂੰ, ਤਿਹੇ ਭੱਜ ਰੇ ਤੈ ਮੀਤ, ਜਿਹਦੇ ਸਿਮਰਨ ਕਰਨ ਨਾਲ ਤੇਰਾ, ਬੋਲ ਵੀ ਚਿੱਟੇ ਰੁਮਾਲ ਵਾਲੇ ਪੁੱਤਰ, ਜਿਹਦਾ ਸਿਮਰਨ ਕਰਨ ਨਾਲ ਤੇਰਾ, ਉਹਦਾ ਸਿਮਰਨ ਕਰ। ਸ਼ਿਵ ਸ਼ਿਵ ਕਰਤੇ ਜੋ ਨਰ ਧਿਆਵੈ, ਕਰ ਲਓ
ਬਰਦ ਚਰੇ ਡੋਰੂ ਟਮਘਾਵੈ ਤੂੰ ਕਹੀ ਅਤਹੀ ਆਦਿ ਭਵਾਨੀ ਮੁਕਤ ਕੀ ਬਰੀਆ ਕਹਾਂ ਛਪਾਨੀ। ਇਹ ਗੱਲਾਂ ਤੁਹਾਨੂੰ ਕਹੀਆਂ ਨੇ, ਜਿਹੜੇ ਲੋਕ ਛਿਪ ਛਿਪ ਕਰਕੇ ਜਪਣਗੇ ਨਾ ਅਗਲੇ ਜਨਮ 'ਚ ਉਹ ਛਿਪਜੀ ਬਣਨਗੇ ਚਿੱਟੇ ਬਲਦ। ਮੈਂ ਨਹੀਂ ਜੇ ਕਹਿੰਦਾ ਐਵੇਂ ਆਖੋ ਕਿ ਹੌਲਾ ਜਿਹਾ ਬਚਣਾ, ਇਹ ਭਾਰੇ ਸਾਹਿਬ ਦੇ ਭਾਰੇ ਬੋਲ ਨੇ। ਜਿਹੜਾ ਛਿਪ 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 ਕਰਕੇ ਸ਼ਿਵ ਦਾ ਸਿਮਰਨ ਕਰੂਗਾ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ, ਤਾਂ ਹੀ ਤਾਂ ਨਾ ਮੰਜੀ ਸਾਹਿਬ ਤੋਂ ਅਤੇ ਨਾ ਬੰਗਲਾ ਸਾਹਿਬ ਤੋਂ ਇਹ ਕਥਾ ਹੁੰਦੀ। ਕਿਉਂ? ਅਦਿਸ਼ਟ ਰੂਪ ਵਿੱਚ ਕਬਜ਼ਾ ਤਾਂ ਸ਼ਿਵ ਵਾਲਿਆਂ ਦਾ ਹੀ ਆ। ਸਮਝਦੇ ਨਹੀਂ ਗੁਰੂ ਕੇ ਸਿੱਖੋ, ਬੋਲੋ ਨਾ, ਕੋਈ ਸਿਰ ਹਿਲਾਓ। ਜਿਹੜੀਆਂ ਦੋ ਮੇਨ ਸਟੇਜਾਂ ਨੇ ਜਿੱਥੋਂ ਸ਼ਬਦ ਦਾ ਪ੍ਰਚਾਰ ਹੋਣਾ ਸੀ ਅਤੇ ਦੁਨੀਆ ਦੀਆਂ ਅੱਖਾਂ ਖੁੱਲ੍ਹਣੀਆਂ ਸੀ, ਆਖੋ ਵਾਹਿਗੁਰੂ, ਉਹਨਾਂ ਦੋਵਾਂ 'ਤੇ ਇਹ ਬਚਨ ਨਹੀਂ ਬੋਲੇ ਜਾਣਗੇ, ਇਹ ਬਚਨ ਨਹੀਂ ਬੋਲੇ ਜਾਣਗੇ ਹਿੰਦੂ ਅੰਨਾ। ਬੋਲੋ, ਬਾਣੀ ਨਹੀਂ ਆਉਂਦੀ ਹਿੰਦੂ ਅਤੇ ਤੁਰਕੂ ਦੋਵਾਂ 'ਤੇ ਇਹ ਸ਼ਬਦ ਨਹੀਂ ਬੋਲੇ ਜਾਣਗੇ। ਨਾ ਹਮ ਹਿੰਦੂ ਨਾ ਮੁਸਲਮਾਨ, ਇਹ ਸ਼ਬਦ ਨਹੀਂ ਉੱਥੇ ਵਿਆਖਿਆ ਹੋਊਗੀ। ਤੁਸੀਂ ਕਦੋਂ ਜਾਗਦੇ ਹੋ? ਸਾਡੀ ਅੱਜ ਵੀ ਵਾਲੀ ਪੀੜ੍ਹੀ, ਕੱਲ੍ਹ ਵਾਲੀ, ਪਰਸੋਂ ਵਾਲੀ, ਦਸ ਵਾਲੀ ਪੀੜ੍ਹੀ, ਕਿਤੇ ਗੁਰੂ ਰਾਮਦਾਸ ਸਾਡੇ 'ਤੇ ਦਇਆ ਕਰੂ ਅਤੇ ਸਾਡੀ ਮੰਜੀ ਸਾਹਿਬ ਦੀ ਸਟੇਜ ਆਜ਼ਾਦ ਹੋਊਗੀ, ਬੰਗਲਾ ਸਾਹਿਬ ਦੀ ਸਟੇਜ ਆਜ਼ਾਦ ਹੋਊਗੀ। ਅਜੇ ਤਾਂ ਵੇਖੋ ਇਸ ਘਰ 'ਚ ਸ਼ਬਦ ਦਾ ਪ੍ਰਚਾਰ ਆ ਅਤੇ ਸ਼ਬਦ ਦੇ ਮੂੰਹ 'ਤੇ ਤਾਲਾ ਲਾਤਾ ਵੀ ਵਰਤਾਲੀ ਨਹੀਂ ਬੋਲਣਾ। ਕੀ ਬੋਲੋ ਇੱਕ ਵਾਰ, ਬੀਬੀ ਉਹ ਢਿੱਲੀਆਂ ਜੇ ਬੋਲੋ ਨਾ, ਇੱਥੇ ਵਰਤਾਂ ਦੇ ਮੁਤਾਬਕ ਕੋਈ ਗੱਲ, ਇੱਥੇ ਸਰਾਧਾਂ ਦੇ ਮੁਤਾਬਕ ਕੋਈ ਗੱਲ ਨਹੀਂ ਕਰਨੀ, ਇੱਥੇ ਆਹ ਨਹੀਂ ਕਰਨੀ। ਆਹ ਹੁਣ ਵੇਖੋ ਤੁਹਾਡੀ ਆਜ਼ਾਦ ਆ ਨਾ ਸਟੇਜ, ਆਖੋ ਵਾਹਿਗੁਰੂ। ਅਤੇ ਇੱਥੇ ਮੈਂ ਕਹਿ ਰਿਹਾ ਵੀ ਸ਼ਿਵ ਸ਼ਿਵ ਕਰਤੇ ਜੋ ਨਰ ਧਿਆਵੇ ਬਰਦ ਚਰੇ ਡੋਰੂ ਟਮਕਾਵੇ। ਵੱਡੀ ਤੋਂ ਵੱਡੀ ਉਹਨੂੰ ਕੀ ਪ੍ਰਾਪਤੀ ਹੋਵੇ ਅਗਲੇ ਜਨਮ, ਜੈਸਾ ਸੇਵੇ ਤੈਸਾ ਹੋਏ। ਨਹੀਂ ਪਕੜ ਰਹੇ? ਜੈਸਾ ਸੇਵੇ ਜਿਹੋ ਜਿਹਾ ਦਾ ਸਿਮਰਨ ਕਰੀਏ ਉਹੋ ਜਿਹਾ ਬਣ ਜਾਈਦਾ ਹੈ, ਇਹਦਾ ਅਰਥ ਇਹ ਆ। ਪਕੜ ਰਹੇ ਹੋ ਜੀ? ਜਿਹੋ ਜਿਹਾ ਦਾ ਉਹੋ ਜਿਹੇ ਰੱਬ ਨੂੰ ਸਿਮਰਨ ਕਰਨ ਵਾਲੇ, ਜਿਨ ਹਰ ਜਪਿਆ ਸੇ ਹਰ ਹੋਏ, ਰੱਬ ਦਾ ਸਿਮਰਨ ਕਰ ਹਰੀ ਦਾ ਰੂਪ ਹੋ ਜਾਂਦੇ। ਸ਼ਿਵਜੀ ਦਾ ਸਿਮਰਨ ਕਰਨ ਵਾਲੇ ਸਿੱਧਾ ਜਿਹਾ ਅਰਥ ਆ, ਕੀ ਬਣਨਗੇ? ਸ਼ਿਵ। ਅਤੇ ਫਿਰ ਇੱਕ ਬਲਦ ਮਿਲ ਜੂਗਾ, ਡੋਰੂ ਹੱਥ 'ਚ ਮਿਲ ਜੂਗਾ। ਗੁਰਬਾਣੀ 'ਚ ਲਿਖਿਆ ਸ਼ਿਵ ਸ਼ਿਵ ਕਰਤੇ ਜੋ ਨਰ ਧਿਆਵੈ ਬਰਦ ਚਰੇ ਡੋਰੂ ਟਮਕਾਵੈ, ਇੱਥੇ ਲਿਖਿਆ। ਮੇਰਾ ਸਿਮਰਨ, ਮੇਰਾ ਪਾਤਸ਼ਾਹ ਅੱਜ ਕਹਿੰਦਾ ਵੀ ਜੇ ਸਿਮਰਤ ਗੱਤ ਪਾਈਏ, ਜਿਹਦੇ ਨਾਲ ਤੂੰ ਨਾ ਸ਼ਿਵਜੀ ਬਣੇ, ਨਾ ਵਿਸ਼ਨੂੰ ਬਣੇ, ਨਾ ਬ੍ਰਹਮਾ ਬਣੇ, ਰੱਬ ਦਾ ਰੂਪ ਹੋ ਜਾਏ। ਤੇ ਭੱਜ ਰੇ ਤੈ ਮੀਤ, ਮੇਰਿਆ ਮਿੱਤਰਾ ਬੋਲਿਆ ਕਰੋ ਹੁਣ ਤੁਸੀਂ ਵੀ ਅੱਗੇ, ਤੂੰ ਉਹਦਾ ਜਿਹਦੇ ਸਿਮਰਨ ਕਰਨ ਨਾਲ, ਜੇ ਸਿਮਰਤ ਤੇਰੀ ਜਾਏ ਬਲਾਏ, ਤੈਨੂੰ ਚਮੜੀ ਕੋਈ, ਅੱਛਾ ਤੈਨੂੰ ਵੀ, ਅੱਛਾ ਕਿਆ ਬਾਤ ਆ, ਅਰੋਗ ਨੇ ਸਾਰੇ ਤੈਨੂੰ, ਹਾਂਜੀ। ਅਤੇ ਫਿਰ ਮਾਲਕ ਨੇ ਕਿਵੇਂ ਲਿਖਣਾ ਸੀ? ਜੇ ਸਿਮਰਤ ਤੇਰੀ ਜਾਏ ਬਲਾਏ, ਹਰ ਬੰਦੇ ਨੂੰ ਬੁਲਾਵਾਂ ਚਮੜੀਆਂ, ਆਖੋ ਵਾਹਿਗੁਰੂ। ਹਰ ਬੰਦੇ ਨੂੰ ਆ ਜਿਹੜੀਆਂ ਪੰਜ ਬਿਰਤੀਆਂ ਨੇ ਵਿਸ਼ੇ ਵਿਕਾਰਾਂ ਦੀਆਂ ਕੀ ਨੇ? ਅਤੇ ਇਹ ਵੀ ਕਹਿੰਦਾ ਮੈਨੂੰ ਨਹੀਂ ਚੰਬੜੀ, ਇਹ ਵੀ ਕਹਿੰਦਾ ਮੈਨੂੰ ਨਹੀਂ ਚੰਬੜੀ, ਫਿਰ ਇਹਨੂੰ ਅਗਿਆਨ ਕਹਿੰਦੇ, ਹੋਰ ਅਗਿਆਨ ਕਿਹਨੂੰ ਕਹਿੰਦੇ? ਸਭ ਤੋਂ ਵੱਡੀ ਬਲਾ ਚੰਬੜੀ ਹੈ ਦੇਹ। ਹਾਂ ਨਾ ਮੂਆ ਬੋਲੋ, ਨਹੀਂ ਨਹੀਂ ਕਬੀਰ ਕਹਿੰਦਾ ਜੇ ਹਾਂ ਨਾ ਮੂਆ ਬੋਲੋ, ਮੈਂ ਨਹੀਂ ਮਰਿਆ,
ਹਾਂ ਨਾ ਮੁਆ ਮੇਰੀ ਮੂਈ ਬੁਲਾਏ ਮੇਰੀ ਆ ਬੜਾ ਗਲੋਂ ਲੱਥੀ ਆ ਮੈਂ ਥੋੜ੍ਹਾ ਮਰਿਆ ਪਤਾ ਲੱਗਾ ਨੀ ਹਾਂ ਨਾ ਮੂਆ ਮੇਰੀ ਮੂਈ ਇਹ ਬੜਾ ਚਮੜੀ ਸੀ ਨਾ ਜਿਹੜੇ ਕਈਆਂ ਜਨਮਾਂ ਤੋਂ ਇਹ ਗਲੋਂ ਲੱਥ ਗਈ ਮਰਨੇ ਹੀ ਤੇ ਪਾਈਏ ਮੈਂ ਆਪਣੇ ਪਰਮ ਤੱਤ ਘਰ ਵਿੱਚ ਚਲੇ ਗਿਆ ਆਹ ਮੇਰੇ ਗਲੋਂ ਲੱਥ ਗਈ ਜਿਹੜੀ ਨਹੀਂ ਸੀ ਲੱਥਦੀ ਇਹ ਮਰੀ ਕਾਹਦੇ ਨਾਲ ਸਿਮਰਨ ਕਰਨ ਨਾਲ ਆਖੋ ਵਾਹਿਗੁਰੂ ਜੇ ਸਿਮਰਤ ਗਤ ਪਾਈ ਹੈ ਤੇ ਭਜ ਰੇ ਤੈ ਮੀਤ ਕਹੋ ਨਾਨਕ ਸੁਣ ਰੇ ਮਨਾ ਕੜਕੋਲਾ ਨਾ ਬਣ ਸੁਣ ਕੇ ਵੀ ਨਾ ਸੁਣਨ ਵਾਲਾ ਕੀ ਉਹਨੂੰ ਕਹਿੰਦੇ ਹੁੰਦੇ ਨਹੀਂ ਘੋਗਾ ਕਾਂ ਘੋਗਾ ਕਾਂ ਨਾ ਬਣ ਸੁਣ ਲਿਆ ਨਾ ਤੂੰ ਵੀ ਜਿਹਦਾ ਸਿਮਰਨ ਕਰਨ ਨਾਲ ਗਤੀ ਪਾਈ ਹੈ ਉਹਨੂੰ ਸਿਮਰਨ ਕਰਿਆ ਕਰ ਤੇ ਭਜ ਰੇ ਤੈ ਮੀਤ ਕਹੋ ਨਾਨਕ ਸੁਣ ਰੇ ਮਨਾ ਔਧ ਘਟਤ ਹੈ ਨਿਤਾ ਪ੍ਰਤੀ ਇੱਕ ਦਿਨ ਘਟ ਗਿਆ ਜਦੋਂ ਜਨਮ ਦਿਨ ਮਨਾਇਆ ਨਾ ਆਖੋ ਵਾਹਿਗੁਰੂ ਅਤੇ ਉੱਥੇ ਕੋਹਲੀ ਸਾਹਿਬ ਸੀ ਦਿੱਲੀ ਅਤੇ ਗੁਰਦੁਆਰੇ ਦੇ ਛੋਟੇ ਪ੍ਰਧਾਨ ਸੀ ਮੈਂ ਕਿਹਾ ਅੱਜ ਕੀ ਕੀਤਾ ਗੁਰਦੁਆਰੇ ਝੰਡੀਆਂ ਹੀ ਝੰਡੀਆਂ ਲੱਗੀਆਂ ਇੰਨੇ ਫੁੱਲ ਟੰਗੇ ਇੰਨੀ ਤਿਆਰੀ ਕੀਤੀ ਬ੍ਰੈਡ ਪਕੌੜੇ ਨਿਕਲਣ ਡਏ ਮਠਿਆਈਆਂ ਨਿਕਲਣ ਡੀਆਂ ਅੱਜ ਹੀ ਕੋਹਲੀ ਸਾਹਿਬ ਦਾ ਜਨਮ ਦਿਨ ਆ ਵੱਡਾ ਹੋਇਆ ਕਿ ਛੋਟਾ ਆਖੋ ਵਾਹਿਗੁਰੂ ਪਤਾ ਲੱਗਾ ਜਿਦਨ ਕਿਸੇ ਦਾ ਜਨਮ ਦਿਨ ਹੁੰਦਾ ਕੋਈ ਬੰਦਾ ਵੱਡਾ ਹੁੰਦਾ ਕਿ ਛੋਟਾ ਅਤੇ ਕਮਾਲ ਦੀ ਗੱਲ ਆ ਜੇ ਜੇਬ 'ਚ 5 ਪੈਸੇ ਹੋਣ ਅਤੇ 1 ਖਰਚਿਆ ਜਾਵੇ ਤਾਂ 4 ਪੈਸੇ ਰਹਿ ਜਾਣ ਖੁਸ਼ੀ ਹੁੰਦੀ ਕਿ ਗਮੀ ਚਾਹੀਦਾ ਸੀ ਉਹ ਦਿਨ ਮਹਾਰਾਜ ਪਾਤਸ਼ਾਹ ਨੂੰ ਹੱਥ ਜੋੜਦਾ ਸਤਿਗੁਰੂ ਪਿਛਲਾ ਸਮਾਂ ਪੀਰੀਅਡ ਐਵੇਂ ਲੰਘ ਗਿਆ ਜੇ ਕੋਈ 2-4 ਸਾਲ ਬਾਕੀ ਨੇ ਆਪਣਾ ਨਾਮ ਜਪਾਵੋ ਆਪਣਾ ਨਾਮ ਜਪਾਵੋ ਆਪਣਾ ਨਾਮ ਬਸ ਆਹ ਮੰਗ ਰੱਖੋ ਗੁਰੂ ਅੱਗੇ ਇਸ ਗੱਲ ਨੂੰ ਫੜੋ ਬੜੀ ਤੀਬਰ ਬੁੱਧੀ ਚਾਹੀਦੀ ਆ ਇੱਕ ਤਾਂ ਘੋਗਿਆਂ ਦੇ ਬੋਲੇ ਬਚਨ ਨਹੀਂ ਗਏ ਗੁਰਬਾਣੀ ਇਹ ਬੜੇ ਬੜੇ ਰੋਸ਼ਨ ਦਿਮਾਗ ਜਿਨ੍ਹਾਂ ਦਾ 10ਵਾਂ ਦੁਆਰਾ ਖੁੱਲ੍ਹ ਗਿਆ ਵਾ ਇਹ ਧੁਰ ਤੋਂ ਉੱਠੇ ਹੋਏ ਧੁਰ ਕੀ ਬਾਣੀ ਆ ਇਹਦੇ ਲਈ ਆਪਣੀ ਸੁਰਤ ਨੂੰ ਉੱਚੀ ਸੁੱਚੀ ਬਣਾਓ ਉਹ ਕਿਤਨਾ ਬਣਾਈਏ ਕਿਸੇ ਦਾ ਪੈਸਾ ਨਾ ਖਾਓ ਕਿਸੇ ਦੀ ਧੀ ਵੱਲ ਨਾ ਵੇਖੋ ਕਿਸੇ ਦਾ ਬੁਰਾ ਨਾ ਚਾਖੋ ਜੇ ਘਰ ਰੱਖੇ ਜੇ ਘਰ ਬਚਾਉਣਾ ਹੀ ਤਾਂ ਬੁਰਾ ਨਾ ਚਾਖੇ ਨਹੀਂ ਪਤਾ ਲੱਗਾ ਧੀ ਉਹ ਸਮਾਪਤੀ ਕਰਨ ਲੱਗਾ ਜੇ ਘਰ ਰੱਖੇ ਬੋਲੋ ਇਹਦਾ ਅਰਥ ਕੀ ਜੇ ਆਪਣਾ ਘਰ ਬਚਾਉਣਾ ਚਾਹੁੰਦੇ ਹੋ ਤਾਂ ਬੁਰਾ ਨਾ ਚਾਖੇ ਬੁਰਾ ਵੇਖਣਾ ਬੁਰਾ ਚਾਖਣਾ ਬੁਰਾ ਕਿਸੇ ਦਾ ਕਰਨਾ ਜੇ ਘਰ ਬਚਾਉਣਾ ਹੀ ਤਾਂ ਆਖੋ ਵਾਹਿਗੁਰੂ ਬੜੇ ਸੋਹਣੇ ਬਚਨ ਨੇ ਇਹ ਜਿਹੜੇ ਆਪ ਜੀ ਨੇ ਸੁਣੇ ਕਹੋ ਨਾਨਕ ਸੁਣ ਰੇ ਮਨਾ ਔਧ ਘਟਤ ਹੈ ਨੀਤ ਬਣੇ ਰੋਜ਼ ਹੀ ਤੇਰੀ ਉਮਰ ਘੱਟ ਰਹੀ ਆ ਸਤਿਗੁਰੂ ਕਿਰਪਾ ਕਰੇ 14 ਤਰੀਕ ਨੂੰ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਜਿਹਨਾਂ ਜਿਹਨਾਂ ਨੇ ਤੁਹਾਡੇ 'ਚੋਂ ਨਹੀਂ ਛਕਿਆ ਅੰਮ੍ਰਿਤ ਛਕੋ ਗੁਰੂ ਵਾਲੇ ਬਣੋ ਕੱਲ੍ਹ ਦਾ ਅਤੇ ਪਰਸੋਂ ਦੇ 2 ਦੀਵਾਨ ਬਾਕੀ ਰਹਿ ਗਏ ਨੇ ਇਸ ਫੇਰੀ ਦੇ ਕਦੀ ਫਿਰ ਨਦੀ ਨਾਮ ਸੰਜੋਗੀ ਮੇਲਾ ਸਤਿਗੁਰੂ ਨੇ ਸਵਾਸ ਰੱਖੇ ਆਪ ਜੀ ਦੇ ਜੋੜੇ ਝਾੜਨ ਆਊਂਗਾ 2 ਦਿਨ ਆਪ ਜੀ ਆਪ ਵੀ ਆਓ ਹੋਰ ਨਾਮ ਪਿਰ ਕੇ ਲਿਆਓ ਆਓ ਸੁਣੋ ਸ਼ਬਦ ਦੀ ਅਗਵਾਈ ਕੀ ਆ ਸ਼ਬਦ ਦੇ ਇਸ਼ਾਰੇ ਕੀ ਨੇ ਭੁੱਲਾਂ ਨਾ ਚਿਤਾਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ